ਦੋਸਤੋ, ਜੇ ਮੈਂ ਕਹਾਂ ਕਿ ਸੰਸਾਰ ਦੇ ਵਿੱਚ ਜ਼ਿਆਦਾ ਗਿਣਤੀ ਉਹਨਾਂ ਲੋਕਾਂ ਦੀ ਆ ਜਿਨ੍ਹਾਂ ਨੂੰ ਨਿੰਮ ਦਾ ਦਰਖਤ ਜਿਹੜਾ ਆ ਉਹ ਅੰਬ ਦਾ ਦਰਖਤ ਨਜ਼ਰ ਆ ਰਿਹਾ ਔਰ ਅੰਬ ਦਾ ਦਰਖਤ ਜਿਹੜਾ ਨਿੰਮ ਦਾ ਨਜ਼ਰ ਆ ਰਿਹਾ। ਸ਼ਾਇਦ ਬਹੁਤੇ ਲੋਕ ਮੇਰੀ ਇਸ ਗੱਲ ਨਾਲ ਸਹਿਮਤ ਨਾ ਹੋਣ, ਹੋਣਾ ਵੀ ਨਹੀਂ ਚਾਹੀਦਾ, ਪਰ ਜੇ ਮੈਂ ਇਹੀ ਗੱਲ ਕਹਿ ਦਾਂ ਕਿ ਇਹ ਚੀਜ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਆ ਔਰ ਮੈਂ ਉੱਥੋਂ ਹੀ ਇਹ ਉਦਾਹਰਣ ਲੈ ਕੇ ਗੱਲ ਕਰ ਰਿਹਾ। ਗੁਰੂ ਉਹਦੇ ਵਿੱਚ ਲਿਖਿਆ, ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਾਰਾ ਸ਼ਬਦ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਵੀ ਕਿਵੇਂ ਗੁਰੂ ਸਾਹਿਬ ਨੇ ਚੀਜ਼ ਦੀ ਉਦਾਹਰਣ ਦਿੱਤੀ ਹੈ ਕਿ ਲੋਕਾਂ ਨੂੰ ਅੰਬ ਦਾ ਦਰਖਤ ਨਿੰਮ ਪ੍ਰਤੀਤ ਹੋ ਰਿਹਾ ਔਰ ਨਿੰਮ ਦਾ ਦਰਖਤ ਜਿਹੜਾ ਆ ਅੰਬ ਪ੍ਰਤੀਤ ਹੋ ਰਿਹਾ। ਭਾਵ ਕਹਿਣ ਤੋਂ ਭਾਵ ਆ ਕਿ ਸਾਰਾ ਸੰਸਾਰ ਉਲਟਾ ਪੁਲਟਾ ਹੋਇਆ ਪਿਆ, ਆਪਣੀ ਜਗ੍ਹਾ 'ਤੇ ਨਹੀਂ ਹੈਗਾ ਜੋ ਚੀਜ਼ ਹੋਣੀ ਚਾਹੀਦੀ ਹੈ। ਹੁਣ ਇੱਥੇ ਵੀ ਲੋਕ ਆਰਗਿਊ ਕਰ ਸਕਦੇ ਆ, ਦਲੀਲ ਦੇ ਸਕਦੇ ਆ ਕਿ ਸ਼ਾਇਦ ਇਹ ਗੱਲ ਉਹਨਾਂ ਲੋਕਾਂ ਲਈ ਹੋਵੇ ਜਿਨ੍ਹਾਂ ਦੀ ਨਿਗਾਹ ਕਮਜ਼ੋਰ ਆ, ਜਾਂ ਕੋਈ ਮੂਰਖ ਕਿਸਮ ਦੇ ਜਾਂ ਜਿਨ੍ਹਾਂ ਨੂੰ ਘੱਟ ਸਮਝ ਹੋਵੇ ਉਹਨਾਂ ਲੋਕਾਂ ਲਈ ਸ਼ਾਇਦ ਗੁਰੂ ਸਾਹਿਬ ਨੇ ਇਹ ਗੱਲ ਕਹੀ ਆ, ਸਾਡੇ ਵਾਸਤੇ ਨਹੀਂ ਕਹੀ। ਇਸ ਗੱਲ ਨਾਲ ਵੀ ਸਹਿਮਤ ਹੋ ਜਾਂਦੇ ਹਾਂ ਚਲੋ ਇੱਕ ਪਲ ਲਈ, ਪਰ ਜੇ ਇਹੀ ਗੱਲ ਦੁਨੀਆ ਭਰ ਦੇ ਵਿਗਿਆਨੀ ਵੀ ਸਾਬਤ ਕਰ ਦੇਣ ਕਿ ਸੰਸਾਰ ਦੇ ਵਿੱਚ ਸਾਰਾ ਕੁਝ ਉਲਟਾ ਪੁਲਟਾ ਹੋਇਆ ਪਿਆ, ਭਾਵ ਕਿ ਜੋ ਅਸੀਂ ਨਜ਼ਰ ਆਉਂਦੇ ਹਾਂ ਉਹ ਅਸੀਂ ਐਕਚੁਅਲ ਦੇ ਵਿੱਚ ਹੈ ਨਹੀਂ। ਕਿਵੇਂ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਇੱਕ ਰਿਪੋਰਟ ਆਈ ਸੀ ਡਾਕਟਰ ਤਾਸ਼ਾ ਅਤੇ ਇੱਕ ਉਹਨਾਂ ਦੀ ਰਿਸਰਚ ਟੀਮ ਨੇ ਕਈ ਸਾਲ ਦੀ ਮਿਹਨਤ ਕਰਕੇ, ਲਗਾਤਾਰ ਸ਼ਾਇਦ 3 ਜਾਂ 4 ਸਾਲ ਉਹਨਾਂ ਨੇ ਇਸ ਚੀਜ਼ ਦੇ ਉੱਪਰ ਰਿਸਰਚ ਕੀਤੀ ਔਰ ਬਹੁਤ ਸਾਰੇ ਲੋਕਾਂ ਦੇ ਇੰਟਰਵਿਊਜ਼ ਕੀਤੇ, ਉਹਨਾਂ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਇੱਕ ਤੱਥ ਕੀ ਕੱਢਿਆ ਔਰ ਰਿਪੋਰਟ ਦੇ ਵਿੱਚ ਸੈਂਕੜੇ ਪੇਜਾਂ ਦੀ ਰਿਪੋਰਟ ਆ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ 95% ਲੋਕ ਜਿਹੜੇ ਨੇ ਉਹ ਸਮਝਦੇ ਆ ਵੀ ਅਸੀਂ ਸੈਲਫ ਅਵੇਅਰ ਹਾਂ, ਪਰ ਉਹ ਐਕਚੁਅਲ ਦੇ ਵਿੱਚ ਹੁੰਦੇ ਨਹੀਂ। ਔਰ ਐਕਚੁਅਲ ਦੇ ਵਿੱਚ ਜਿਹੜਾ ਡੇਟਾ ਆ ਵੀ ਜਿਹੜਾ ਸੈਲਫ ਅਵੇਅਰ ਲੋਕ ਕਿੰਨੇ ਨੇ, ਉਹਨਾਂ ਦੀ ਗਿਣਤੀ ਹੈਗੀ ਆ 10 ਤੋਂ ਲੈ ਕੇ 15%, ਭਾਵ ਕਿ ਜ਼ਿਆਦਾਤਰ ਗਿਣਤੀ ਉਹਨਾਂ ਲੋਕਾਂ ਦੀ ਆ ਜਿਹੜੇ ਲੋਕ ਉਹ ਸ਼ੋਅ ਕਰਦੇ ਨੇ ਜੋ ਉਹ ਐਕਚੁਅਲ ਦੇ ਵਿੱਚ ਹੈ ਨਹੀਂ। ਹੁਣ ਗੱਲ ਕੀ ਹੈ ਵੀ ਇੱਥੇ ਫਿਰ ਵੀ ਅਸੀਂ ਗੱਲ ਨਾਲ ਸਹਿਮਤ ਨਹੀਂ ਹੋ ਸਕਦੇ ਕਿ ਯਾਰ ਮੈਂ ਤਾਂ ਜੋ ਕੁਝ ਹੈਗਾ ਮੈਂ ਤਾਂ ਉਹੀ ਸ਼ੋਅ ਕਰ ਰਿਹਾ, ਮੈਂ ਤਾਂ ਝੂਠ ਨਹੀਂ ਬੋਲ ਰਿਹਾ, ਮੈਂ ਠੀਕ ਹਾਂ। ਬਹੁਤ ਕੁਝ ਅਸੀਂ ਦਲੀਲਾਂ ਆਪਣੇ ਪੱਖ ਦੇ ਵਿੱਚ ਦੇ ਸਕਦੇ ਹਾਂ। ਮੈਂ ਇਸ ਗੱਲ ਨੂੰ ਹੋਰ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਮੰਨ ਲਓ ਮੈਂ ਪੰਜਾਬੀ 'ਚ ਗੱਲ ਕਰ ਰਿਹਾ, ਪਤਾ ਨਹੀਂ ਇਸ ਸੰਸਾਰ ਦੇ ਵਿੱਚ ਕਿੰਨੇ ਲੋਕ ਪੰਜਾਬੀ 'ਚ ਗੱਲ ਕਰਦੇ ਹੋਣਗੇ, ਪਰ ਇੱਕ ਕੋਮਨ ਗੱਲ ਆ ਕਿ ਸਾਡੀ ਭਾਸ਼ਾ ਤਾਂ ਸੇਮ ਹੋ ਸਕਦੀ ਹੈ ਪਰ ਕਿਸੇ ਦੀ ਆਵਾਜ਼ ਸੇਮ ਨਹੀਂ ਹੁੰਦੀ। ਕੱਪੜੇ ਤਾਂ ਅਸੀਂ ਸੇਮ ਪਾ ਸਕਦੇ ਹਾਂ ਪਰ ਸ਼ਕਲ ਜਿਹੜੀ ਆ, ਸੂਰਤ ਜਿਹੜੀ ਆ, ਉਹ ਸੇਮ ਨਹੀਂ ਹੁੰਦੀ। ਅਸੀਂ ਕਈ ਤਰ੍ਹਾਂ ਦਾ ਮੇਕਅਪ ਕਰਕੇ ਆਪਣੇ ਆਪ ਨੂੰ ਸੋਹਣਾ ਦਿਖਾ ਸਕਦੇ ਹਾਂ ਜਾਂ ਮਾੜਾ ਮੋਟਾ ਚੇਂਜ ਕਰਕੇ ਦਿਖਾ ਸਕਦੇ ਹਾਂ, ਪਰ ਸ਼ਕਲ ਜਿਹੜੀ ਆ ਰੱਬ ਨੇ ਪੈਦਾ ਕੀਤੀ ਆ, ਉਹ ਸ਼ਕਲ ਅਸੀਂ ਕਿਤੋਂ ਨਹੀਂ ਬਣਾ ਸਕਦੇ। ਨਾ ਅਸੀਂ ਆਵਾਜ਼ ਕਿਸੇ ਦੀ ਮੁਮਿਕਰੀ ਅਸੀਂ ਕਰ ਸਕਦੇ ਹਾਂ, ਕਿਸੇ ਦੀ ਆਵਾਜ਼ ਦੀ ਅਸੀਂ ਕਾਪੀ ਕਰ ਸਕਦੇ ਹਾਂ, ਪਰ ਜਿਹੜੀ ਐਕਚੁਅਲ ਅਤੇ ਓਰੀਜਨਲ ਆਵਾਜ਼ ਆ ਉਹ ਅਸੀਂ ਪੈਦਾ ਨਹੀਂ ਕਰ ਸਕਦੇ, ਉਹ ਸਾਨੂੰ ਰੱਬ ਨੇ ਗੋਡ ਗਿਫਟ ਦਿੱਤਾ ਹੁੰਦਾ ਹੈ। ਸੋ ਇਹ ਇੱਕ ਐਗਜ਼ਾਮਪਲ ਆ। ਹੁਣ ਇੱਥੋਂ ਗੱਲ ਆ ਕਿ ਹਰ ਇੱਕ ਦੁਨੀਆ ਦੇ ਜਿਹੜੀ ਮਰਜ਼ੀ ਭਾਸ਼ਾ ਚੱਕ ਕੇ ਦੇਖ ਲਓ, ਜਿਹੜਾ ਮਰਜ਼ੀ ਬੰਦਾ ਚੱਕ ਕੇ ਦੇਖ ਲਓ, ਉਹਦੀ ਆਵਾਜ਼ ਅਲੱਗ ਅਲੱਗ ਹੋਊਗੀ, ਉਹਦਾ ਚਿਹਰਾ ਅਲੱਗ ਅਲੱਗ ਹੋਊਗਾ। ਭਾਵਾਂਗੇ ਕਈ ਵਾਰ ਸਾਨੂੰ ਲੱਗ ਜਾਂਦਾ ਕਿ ਇਹ ਫਲਾਣਾ ਬੰਦਾ ਸਾਡੇ ਕਿਸੇ ਫਰੈਂਡ ਦੇ ਨਾਲ ਇਹਦੀ ਸ਼ਕਲ ਮਿਲਦੀ ਹੈ ਮਾੜੀ ਮੋਟ, ਜਾਂ ਕਿਸੇ ਰਿਸ਼ਤੇਦਾਰ ਨਾਲ ਮਿਲਦੀ ਹੋ ਸਕਦੀ ਹੈ, ਪਰ ਹੂ ਬਹੂ ਕਾਪੀ 100% ਨਹੀਂ ਹੁੰਦੀ। ਕੁਝ ਕੁਝ ਮਾੜਾ ਮੋਟ ਜਿਹੜਾ ਲੱਗ ਭੁਲੇਖਾ ਲੱਗ ਜਾਂਦਾ ਸਾਨੂੰ। ਹੁਣ ਇੱਥੇ ਗੱਲ ਕੀ ਸਮਝਣ ਵਾਲੀ ਗੱਲ ਕੀ ਹੈ ਕਿ ਜਿਹੜਾ ਸੰਸਾਰ ਉਲਟਾ ਪੁਲਟਾ ਹੋਇਆ ਔਰ ਗੁਰੂ ਸਾਹਿਬ ਨੇ ਵੀ ਦਰਜ ਕੀਤਾ ਗੁਰਬਾਣੀ ਵਿੱਚ ਔਰ ਵਿਗਿਆਨੀਆਂ ਨੇ ਵੀ ਇਹ ਗੱਲਾਂ ਸਾਬਤ ਕੀਤੀਆਂ ਨੇ। ਇੱਕ ਵਿਗਿਆਨੀ ਨੇ ਨਹੀਂ ਕੀਤੀ ਇਹ ਗੱਲ, ਇੱਕ ਸਾਈਕੋਲੋਜਿਸਟ ਨੇ ਨਹੀਂ ਕੀਤੀ, ਬੜੇ ਦੁਨੀਆ ਭਰ ਦੇ ਕਈ ਵਿਗਿਆਨੀਆਂ ਨੇ, ਜਿਹੜੇ ਮਨੋਵਿਗਿਆਨੀ ਨੇ, ਸਾਈਕੋਲੋਜਿਸਟ ਨੇ, ਉਹਨਾਂ ਨੇ ਆਪਣੀ ਰਿਸਰਚ ਵਰਕ ਦੇ ਵਿੱਚ ਅਲੱਗ ਅਲੱਗ ਸਮੇਂ ਦੇ ਉੱਪਰ ਇਹ ਚੀਜ਼ਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਹੀਆਂ ਹੋਈਆਂ ਨੇ। ਹੁਣ ਗੱਲ ਕੀ ਹੈ ਕਿ ਜਿਵੇਂ ਸਾਡੀ ਸ਼ਕਲ ਅਤੇ ਆਵਾਜ਼ ਅਲੱਗੋ ਅਲੱਗ ਆ, ਇਵੇਂ ਹੀ ਰੱਬ ਨੇ ਸਾਨੂੰ ਅੰਦਰੋਂ ਵੀ ਕੁਝ ਨਾ ਕੁਝ ਗੁਣ ਦੇ ਕੇ ਭੇਜਿਆ ਹੁੰਦਾ ਆ। ਅਸੀਂ ਸਾਰੀ ਉਮਰ ਉਸ ਗੁਣ ਨੂੰ ਇਗਨੋਰ ਕਰਕੇ ਬੈਠੇ ਰਹਿੰਦੇ ਹਾਂ, ਅਸੀਂ ਸਾਰੀ ਉਮਰ ਉਸ ਗੁਣ ਨੂੰ ਪਛਾਣਦੇ ਹੀ ਨਹੀਂ।
ਅਸੀਂ ਗੁਣ ਨੂੰ ਪਛਾਣਦੇ ਨਹੀਂ, ਅਸੀਂ ਫਿਰ ਇੱਧਰ ਉੱਧਰ ਭਟਕਦੇ ਰਹਿੰਦੇ ਹਾਂ, ਭਟਕਣਾਂ ਦੇ ਵਿੱਚ ਪਏ ਰਹਿੰਦੇ ਹਾਂ, ਔਰ ਫਿਰ ਅਸੀਂ ਦੁਖੀ ਹੁੰਦੇ ਹਾਂ। ਦੁਖੀ ਹੋ ਕੇ ਫਿਰ ਅਸੀਂ ਜਿਹੜੇ ਤਾਨੇ ਮਿਹਣੇ ਆ ਰੱਬ 'ਤੇ ਮਾਰਦੇ ਹਾਂ, ਅਸੀਂ ਵੀ ਰੱਬ ਸਾਡਾ ਮਾੜਾ ਕਰਦਾ ਜਾਂ ਸਾਡੀ ਕਿਸਮਤ ਮਾੜੀ ਹੈ ਜਾਂ ਕਈ ਤਰ੍ਹਾਂ ਦੀ ਅਸੀਂ ਗੱਲਾਂ ਕਰਦੇ ਹਾਂ। ਪਰ ਐਕਚੁਅਲ ਦੇ ਵਿੱਚ ਰੱਬ ਨੇ ਜਿਹੜੀ ਆਈਡੈਂਟੀ, ਯੂਨੀਕ ਆਈਡੈਂਟੀ ਹਰ ਇੱਕ ਵਿਅਕਤੀ ਦੇ ਅੰਦਰ ਪਾ ਕੇ ਭੇਜੀ ਹੈ। ਹਰ ਇੱਕ ਬੰਦੇ ਨੂੰ ਰੱਬ ਨੇ ਸੰਸਾਰ ਦੇ ਵਿੱਚ ਕੋਈ ਨਾ ਕੋਈ ਆਈਡੈਂਟੀ ਨੰਬਰ ਦੇ ਕੇ ਭੇਜਿਆ ਹੀ ਹੁੰਦਾ ਆ। ਪਰ ਜੇ ਉਹ ਆਈਡੈਂਟੀ ਨੰਬਰ ਅਸੀਂ ਪਛਾਣਦੇ ਨਹੀਂ, ਉਹਦੀ ਸਮਝ ਨਹੀਂ ਹੈਗੀ ਸਾਨੂੰ, ਅਸੀਂ ਉਹਨੂੰ ਇਗਨੋਰ ਕੀਤਾ ਹੋਇਆ, ਤਾਂ ਅਸੀਂ ਫਿਰ ਡਰੇ ਹੋਏ ਰਹਿੰਦੇ ਹਾਂ। ਜ਼ਿੰਦਗੀ ਦਾ ਅਸੀਂ ਸਵਾਦ ਨਹੀਂ ਲੈਂਦੇ, ਸਾਰੀ ਉਮਰ ਅਸੀਂ ਮਰ ਜਾਂਦੇ ਹਾਂ, ਭਟਕੇ ਰਹਿੰਦੇ ਹਾਂ, ਸਾਨੂੰ ਜ਼ਿੰਦਗੀ ਦਾ ਸਵਾਦ ਨਹੀਂ ਆਉਂਦਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਸਿੰਪਲ ਜਿਹੀ ਉਦਾਹਰਣਾਂ ਦੇ ਕੇ ਸਮਝਾਉਂਦਾ ਕਿ ਮੰਨ ਲਓ ਕਿਸੇ ਬੰਦੇ ਕੋਲ ਗੱਡੀ ਆ, ਉਹਨੂੰ ਇੱਕ ਨੰਬਰ, ਪਰਟੀਕੁਲਰ ਨੰਬਰ ਇਸ਼ੂ ਹੁੰਦਾ ਆ ਉਹਦੀ ਹੀ ਗੱਡੀ ਵਾਸਤੇ। ਜੇ ਉਹਦੇ ਕੋਲ ਗੱਡੀ ਦਾ ਨੰਬਰ ਨਹੀਂ ਹੈਗਾ ਤਾਂ ਬੰਦਾ ਫਿਰ ਉਹ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਦੇਖ ਕੇ ਇੱਧਰ ਉੱਧਰ ਲੁਕਦਾ ਫਿਰਦਾ ਆ, ਕੋਈ ਸ਼ੋਰਟਕੱਟ ਰਸਤੇ ਲੱਭਦਾ ਕਿ ਤਾਂ ਕਿ ਉਹਨੂੰ ਪੁਲਿਸ ਵਾਲੇ ਨਾ ਮਿਲ ਜਾਣ। ਜੇ ਮਿਲ ਜਾਣ ਤਾਂ ਬੰਦਾ ਕਈ ਤਰੀਕੇ ਦੀ ਸ਼ਰਮ ਮਹਿਸੂਸ ਕਰਦਾ ਆ, ਪੈਸੇ ਦੇਣੇ ਪੈਂਦੇ ਆ, ਮਿੰਨਤਾਂ ਤਰਲੇ ਕਰਨੇ ਪੈਂਦੇ ਆ, ਪੁਲਿਸ ਵਾਲਿਆਂ ਦੀ ਹਰਾਸਮੈਂਟ ਹੁੰਦੀ ਆ, ਉੱਥੇ ਕੋਰਟ ਦੇ ਵਿੱਚ ਜਾ ਕੇ ਜਦੋਂ ਚਲਾਨ ਭਰਨਾ। ਸੋ ਇਸ ਤਰੀਕੇ ਦੀਆਂ ਫਾਰਮੈਲਿਟੀਜ਼ ਹੁੰਦੀਆਂ ਨੇ। ਇਸੇ ਤਰੀਕੇ ਨਾਲ ਜੇ ਸਾਨੂੰ ਵੀ ਰੱਬ ਨੇ ਕੋਈ ਨਾ ਕੋਈ ਆਈਡੈਂਟੀ ਨੰਬਰ ਦਿੱਤਾ ਹੈ, ਹੁਣ ਆਈਡੈਂਟੀ ਨੰਬਰ ਤੋਂ ਭਾਵ ਇਹ ਆ ਕਿ ਮਤਲਬ ਕੋਈ ਵੀ ਗੁਣ ਹੋ ਸਕਦਾ ਹੈ। ਹੁਣ ਮੈਂ ਤੁਹਾਨੂੰ ਹੋਰ ਸਿੰਪਲ ਐਗਜ਼ਾਮਪਲਾਂ ਦਿੰਦਾ ਜਿਹਦੇ ਨਾਲ ਗੱਲ ਸੌਖੇ ਤਰੀਕੇ ਨਾਲ ਸਮਝ ਆ ਜਾਵੇ। ਫੋਰ ਐਗਜ਼ਾਮਪਲ ਕੋਈ ਕਵੀ ਹੈ, ਹੁਣ ਕਵਿਤਾ ਤਾਂ ਕਹਿਣ ਨੂੰ ਕੋਈ ਵੀ ਲਿਖ ਸਕਦਾ, ਚਾਰ ਗੱਲਾਂ ਜੋੜੀਆਂ ਅਤੇ ਕਵੀ ਬਣ ਗਿਆ, ਕਵਿਤਾ ਲਿਖਤੀ। ਪਰ ਇੱਕ ਉਹ ਕਵੀ ਹੁੰਦਾ ਜਿਹੜਾ ਅੰਦਰੋਂ ਕਵੀ ਹੈ, ਜਿਹੜਾ ਰੱਬ ਵੱਲੋਂ ਹੀ ਉਹਦੇ ਅੰਦਰ ਰੱਬ ਨੇ ਗੁਣ ਪਾਇਆ ਹੋਇਆ ਵੀ ਤੂੰ ਕਵਿਤਾ ਦੀ ਰਚਨਾ ਕਰਨੀ ਆ, ਤੂੰ ਰੱਬ ਦੇ ਗੁਣਾਂ ਦੀ ਸ਼ਲਾਘਾ ਜਿਹੜੀ ਆ ਕਵਿਤਾ ਦੇ ਰਾਹੀਂ ਕਰਨੀ ਹੈ। ਹੁਣ ਭਾਸ਼ਾ ਤਾਂ ਸੇਮ ਹੀ ਹੈ, ਜੇ ਮੇਰੇ ਵਰਗਾ ਵੀ ਕੋਈ ਕਵਿਤਾ ਲਿਖੂਗਾ ਤਾਂ ਅਲਫਾਬੈਟਸ ਤਾਂ ਸੇਮ ਹੀ ਰਹਿਣੇ, ABCD ਸਾਰਿਆਂ ਲਈ ਸੇਮ ਹੀ ਰਹਿਣੀ ਹੈ, ਊੜਾ ਐੜਾ ਸਾਰਿਆਂ ਲਈ ਸੇਮ ਹੀ ਰਹਿਣਾ। ਪਰ ਇੱਕੋ ਕਵੀ ਆ, ਇਹਨਾਂ ਅੱਖਰਾਂ ਦੀ ਚੋਣ ਇਸ ਤਰੀਕੇ ਨਾਲ ਕਰੂਗਾ ਕਿ ਅਸੀਂ ਉਹਦੀ ਕਵਿਤਾ ਸੁਣ ਕੇ, ਉਹਦੀ ਪੋਇਮ ਪੋਇਟਰੀ ਸੁਣ ਕੇ ਜਾਂ ਪੜ੍ਹ ਕੇ ਸਾਡੇ ਮੂੰਹ 'ਚੋਂ ਆਟੋਮੈਟਿਕਲੀ ਵਾਹ ਵਾਹ ਨਿਕਲਦਾ ਆ। ਅਸੀਂ ਫਿਰ ਲੋਕਾਂ ਨੂੰ ਵੀ ਦੱਸਦੇ ਹਾਂ ਕਿ ਯਾਰ ਬੜੀ ਵਧੀਆ ਕਵਿਤਾ ਲਿਖੀ ਬੰਦੇ ਨੇ। ਕੋਈ ਬੰਦਾ ਗਾ ਬਹੁਤ ਸੋਹਣਾ ਲੈਂਦਾ ਹੈ, ਗਾਉਣ ਨੂੰ ਤਾਂ ਕੋਈ ਵੀ ਬੰਦਾ ਰਿਆਜ਼ ਕਰਕੇ ਸਿੰਗਰ ਬਣ ਸਕਦਾ ਹੈ। ਪਰ ਇੱਕ ਉਹ ਵਿਅਕਤੀ ਹੈ ਜਿਹੜਾ ਰੱਬ ਵੱਲੋਂ ਹੀ ਉਹਦੇ ਅੰਦਰ ਇਹ ਗੁਣ ਪਾਇਆ ਹੋਇਆ ਕਿ ਉਹ ਬੰਦੇ ਦੀ ਆਵਾਜ਼ ਉਨੀ ਸੋਹਣੀ ਆ, ਬਿਨਾਂ ਪ੍ਰੈਕਟਿਸ ਤੋਂ ਘੱਟ ਪ੍ਰੈਕਟਿਸ ਤੋਂ ਬੰਦਾ ਉਹ ਸਿੰਗਰ ਬਣ ਜਾਂਦਾ, ਵਧੀਆ ਗਾਉਣ ਲੱਗ ਜਾਂਦਾ ਹੈ। ਕੋਈ ਬੰਦਾ ਤੁਸੀਂ ਪਿੰਡਾਂ ਦੇ ਵਿੱਚ ਦੇਖਿਆ ਹੋਣਾ ਕਿ ਜਿਹੜੇ ਬਿਨਾਂ ਕਿਸੇ ਉਹਦੇ ਤੋਂ ਹੀ ਟ੍ਰੇਨਿੰਗ ਤੋਂ ਹੀ ਬੜੇ ਵਧੀਆ ਮਕੈਨਿਕ ਬਣ ਜਾਂਦੇ ਨੇ, ਕੋਈ ਵੀ ਚੀਜ਼ ਖੋਲ੍ਹ ਲੈਂਦੇ ਆ, ਬੰਨ ਦਿੰਦੇ ਆ, ਉਹਨਾਂ ਦੇ ਅੰਦਰ ਮਤਲਬ ਬਚਪਨ ਤੋਂ ਇਹ ਚੀਜ਼ਾਂ ਕਰਨ ਲੱਗ ਜਾਂਦੇ ਆ ਛੋਟੇ ਹੁੰਦੇ ਉਦੋਂ ਹੀ। ਉਹਦੇ ਅੰਦਰ ਫਿਰ ਇੰਜੀਨੀਅਰ ਦਾ ਗੁਣ ਹੈਗਾ, ਉਹ ਮਕੈਨਿਕ ਦਾ ਗੁਣ ਹੈਗਾ, ਪਰ ਉਹ ਜਿਉਂ ਜਿਉਂ ਵੱਡਾ ਹੋਈ ਜਾਂਦਾ ਉਹ ਗੁਣ ਨੂੰ ਪਛਾਣਦਾ ਨਹੀਂ ਆ। ਉਹ ਮਤਲਬ ਪਰਿਵਾਰ ਦੀਆਂ ਜਿਹੜੀਆਂ ਹੁੰਦੀਆਂ ਨੇ ਜ਼ਿੰਮੇਦਾਰੀਆਂ ਕਹਿ ਲਓ ਜਾਂ ਪਰਿਵਾਰ ਦਾ ਪ੍ਰੈਸ਼ਰ ਕਹਿ ਲਓ, ਜਿਹੜਾ ਐਕਚੁਅਲ ਯੂਨੀਕ ਨੰਬਰ ਸਾਨੂੰ ਰੱਬ ਨੇ ਯੂਨੀਕ ਆਈਡੈਂਟੀ ਦੀ ਜਿਹੜੀ ਦਿੱਤੀ ਹੁੰਦੀ ਹੈ, ਪਛਾਣ ਦਿੱਤੀ ਹੁੰਦੀ ਹੈ, ਅਸੀਂ ਉਹਨੂੰ ਜਿਉਂ ਜਿਉਂ ਵੱਡੇ ਹੋਈ ਜਾਂਦੇ ਹਾਂ ਤਿਉਂ ਤਿਉਂ ਅਸੀਂ ਉਹ ਆਈਡੈਂਟੀ ਨੂੰ ਅਸੀਂ ਕਈ ਵਾਰ ਬਹੁਤੀ ਵਾਰ ਅਸੀਂ ਭੁੱਲੀ ਜਾਂਦੇ ਉਹ ਆਈਡੈਂਟੀ, ਉਹ ਤੋਂ ਦੂਰ ਹੋਈ ਜਾਂਦੇ ਹਾਂ। ਫੋਰ ਐਗਜ਼ਾਮਪਲ ਜਿੱਦਾਂ ਕੋਈ ਸਟੂਡੈਂਟਸ ਜਿਹੜੇ ਮੋਸਟਲੀ ਗ੍ਰੈਜੂਏਸ਼ਨ ਕਰਕੇ ਨਿਕਲਦੇ ਆ ਕਾਲਜ ਦੇ ਵਿੱਚੋਂ, ਉਹਨਾਂ ਦੀ ਪਹਿਲੀ ਪ੍ਰੈਫਰੈਂਸ ਕੀ ਹੁੰਦੀ ਆ ਕਿ ਫਟਾਫਟ ਨੌਕਰੀ ਲੱਭ ਲਓ, ਫਟਾਫਟ ਜੋਬ ਲੱਭ ਲਓ, ਕੋਈ ਵੀ ਕਿਸੇ ਕਿਸਮ ਦੀ ਜੋਬ ਹੋਵੇ। ਹੁਣ ਜਦੋਂ ਜੋਬ ਲੱਭਦੇ ਆ ਫਿਰ ਉਹ ਮਤਲਬ ਜੋਬ ਨੂੰ ਵੀ ਇੰਜੋਏ ਨਹੀਂ ਕਰ ਪਾਉਂਦੇ, ਕੁਛ ਲੋਕ ਤਾਂ ਉਹ ਨੇ। ਹੁਣ ਮੈਂ ਤੁਹਾਨੂੰ ਇੱਥੇ ਵੀ ਇੱਕ ਹੋਰ ਸਿੰਪਲ ਤਰੀਕੇ ਨਾਲ ਐਗਜ਼ਾਮਪਲ ਦਿੰਦਾ ਕਿ ਮੰਨ ਲਓ ਦੋ ਇੰਪਲੋਈਜ਼ ਨੇ, ਦੋ ਟੀਚਰਸ ਨੇ। ਇੱਕ ਟੀਚਰ ਤਾਂ ਉਹ ਆ ਜਿਹੜਾ ਬੜਾ ਖਿਝਿਆ ਹੋਇਆ ਰਹਿੰਦਾ ਔਰ ਸਾਰੇ ਸਟੂਡੈਂਟਸ ਵੀ ਉਹ ਤੋਂ ਨਫ਼ਰਤ ਜੀ ਕਰਦੇ ਆ, ਉਹਦੀ ਕਲਾਸ ਨੂੰ ਉਹਦੇ ਪੀਰੀਅਡ ਨੂੰ ਚੰਗਾ ਨਹੀਂ ਸਮਝਦੇ। ਔਰ ਇੱਕ ਉਹ ਟੀਚਰ ਆ ਜਿਹਨੂੰ ਸਾਰੇ ਸਟੂਡੈਂਟ ਇੰਜੋਏ ਕਰਦੇ ਆ, ਉਹਦੇ ਕਲਾਸ ਦੇ ਵਿੱਚ ਆਉਣ ਦਾ ਇੰਤਜ਼ਾਰ ਕਰਦੇ, ਔਰ ਜਦੋਂ ਕਲਾਸ ਦੇ ਵਿੱਚ ਉਹ ਟੀਚਰ ਆਉਂਦਾ ਆ ਜਾਂ ਆਉਂਦੇ ਆ ਮੈਡਮ ਉਹ,
ਤਾਂ ਸਾਰੇ ਬੱਚਿਆਂ ਦੇ ਚਿਹਰੇ 'ਤੇ ਖੁਸ਼ੀ ਆ ਜਾਂਦੀ ਹੈ। ਔਰ ਜੇ ਕਈ ਵਾਰੀ ਉਹ ਟੀਚਰ ਝਿੜਕ ਵੀ ਦੇਵੇ ਤਾਂ ਬੱਚੇ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰਦੇ ਕਿ ਸਾਡੀ ਇਨਸਲਟ ਕੀਤੀ, ਉਹਦੀ ਝਿੜਕ ਨੂੰ ਵੀ ਬੱਚੇ ਜਿਹੜੇ ਸਟੂਡੈਂਟ ਆ ਇੰਜੋਏ ਕਰਦੇ ਆ। ਔਰ ਜੇ ਇੱਕ ਦੂਸਰਾ ਟੀਚਰ ਆ ਜਿਹੜਾ ਇਰੀਟੇਟਡ ਆ, ਉਹ ਦੁਖੀ ਆ ਆਪ ਵੀ, ਤਾਂ ਉਹਦੀ ਮਾੜੀ ਮਾੜੀ ਗੱਲ ਨੂੰ ਬੱਚੇ ਸੀਰੀਅਸ ਲੈ ਜਾਂਦੇ ਆ ਵੀ ਯਾਰ ਮੈਨੂੰ ਇੱਦਾਂ ਕਹਿਤਾ। ਕਈ ਤਰੀਕੇ ਦਾ ਰੋਸ ਆਪਣੇ ਮਨ ਦੇ ਵਿੱਚ ਜਾਂ ਆਪਣੇ ਨਾਲ ਦੇ ਸਾਥੀਆਂ ਨਾਲ ਜ਼ਾਹਰ ਕਰਦੇ ਆ ਬਾਅਦ ਦੇ ਵਿੱਚੋਂ। ਹੁਣ ਇੱਥੇ ਗੱਲ ਕੀ ਸਮਝਣ ਵਾਲੀ ਹੈ ਕਿ ਇੱਕ ਤਾਂ ਜਿਹੜਾ ਟੀਚਰ ਖੁਸ਼ ਆ ਆਪ ਵੀ ਖੁਸ਼ ਆ, ਔਰ ਦੂਸਰੇ ਬੱਚਿਆਂ ਨੂੰ 100-150-200 ਬੱਚਾ ਉਹਦੇ ਨਾਲ ਵੈਸੇ ਖੁਸ਼ੀ ਖੁਸ਼ੀ ਇੰਜੋਏ ਕਰ ਰਿਹਾ, ਉਹਦੀ ਫੈਮਿਲੀ ਵੀ ਵਧੀਆ ਸੈਟਲ ਆ। ਹੁਣ ਇੱਥੇ ਗੱਲ ਕੀ ਹੈ ਕਿ ਸ਼ਾਇਦ ਇਹ ਟੀਚਰ ਜਿਹੜਾ ਖੁਸ਼ ਆ ਇਹਨੇ ਆਪਣੀ ਆਈਡੈਂਟੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਛਾਣ ਲਿਆ, ਜਾਂ ਰੱਬ ਵੱਲੋਂ ਹੀ ਕੁਦਰਤੀ ਜੇ ਇਹਨੂੰ ਜੋਬ ਲੱਭਣੀ ਸੀ ਤਾਂ ਉਹ ਸਹੀ ਜੋਬ ਦੇ ਵਿੱਚ ਆ ਗਿਆ ਔਰ ਉਹ ਖੁਸ਼ ਆ। ਮਤਲਬ ਕਹਿਣ ਤੋਂ ਵੀ ਉਹ ਟੀਚਰ ਹੀ ਬਣਨਾ ਚਾਹੁੰਦਾ ਸੀ, ਹੋ ਸਕਦਾ ਆ ਤਾਂ ਉਹ ਟੀਚਰ ਬਣ ਗਿਆ, ਉਹ ਇੰਜੋਏ ਕਰ ਰਿਹਾ। ਇੱਕ ਉਹ ਬੰਦਾ ਜਿਹੜਾ ਟੀਚਰ ਨਹੀਂ ਸੀ ਬਣਨਾ ਚਾਹੁੰਦਾ, ਕੁਛ ਉਹਦੀ ਮੰਸ਼ਾ ਹੋਰ ਸੀ, ਉਹ ਫਿਰ ਇਰੀਟੇਟ ਆ, ਦੁਖੀ ਆ, ਔਰ ਜੇ ਆਪ ਦੁਖੀ ਆ ਫਿਰ ਨਾਲ ਦਿਆਂ ਨੂੰ ਵੀ ਕਈਆਂ ਨੂੰ ਦੁਖੀ ਕਰ ਰਿਹਾ। ਇੱਕ ਹੋਰ ਰਿਸਰਚ ਦੇ ਵਿੱਚ ਵੀ ਆਇਆ ਕਿ ਜਿਹੜਾ ਮੁਲਾਜ਼ਮ ਜਾਂ ਜਿਹੜੇ ਲੋਕ ਇੱਦਾਂ ਦਫ਼ਤਰਾਂ ਦੇ ਵਿੱਚ ਜਾਂ ਕਿਸੇ ਥਾਂ 'ਤੇ ਵੀ ਦੁਖੀ ਨੇ, ਖੁਸ਼ ਨਹੀਂ ਹੈਗੇ, ਉਹ ਆਪਣੇ ਨਾਲ ਨਾਲ ਹੋਰ ਵੀ ਕਈ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ। ਉਹਨਾਂ ਦੇ ਨਾਲ ਕਈ ਲੋਕ ਹੋਰ ਦੁਖੀ ਹੋ ਜਾਂਦੇ ਆ, ਉਹ ਚੀਜ਼ ਤੋਂ ਪ੍ਰਭਾਵਿਤ ਹੁੰਦੇ ਆ, ਮਤਲਬ ਟੈਨਸ਼ਨ 'ਚ ਆ ਜਾਂਦੇ, ਜਿਵੇਂ ਇੱਕ ਟੀਚਰ ਸਾਰੀ ਕਲਾਸ ਨੂੰ ਦੁਖੀ ਕਰ ਲੈਂਦਾ ਆ। ਉਸ ਟੀਚਰ ਨਾਲ, ਇਰੀਟੇਟਡ ਟੀਚਰ ਨਾਲ ਇੱਕ ਜਾਂ ਦੋ ਸਟੂਡੈਂਟ ਹੀ ਜਿਹੜੇ ਨਾਲ ਜਾ ਕੇ ਖੜ੍ਹਦੇ ਹੋਣਗੇ, ਮੋਸਟਲੀ ਨਹੀਂ ਖੜ੍ਹਦੇ। ਹੁਣ ਇੱਥੇ ਗੱਲਾਂ ਸਮਝਣ ਵਾਲੀਆਂ ਨੇ, ਜਿੱਥੇ ਵਫ਼ਾਦਾਰੀ ਹੁੰਦੀ ਆ, ਜਿੱਥੇ ਪਿਆਰ ਹੁੰਦਾ ਆ, ਉੱਥੇ ਬੇਈਮਾਨੀ ਘੱਟ ਜਾਂਦੀ ਆ। ਜੇ ਉਹ ਟੀਚਰ ਨੂੰ ਆਪਣੀ ਜੋਬ ਨਾਲ ਪਿਆਰ ਸੀ ਤਾਂ ਉਹ ਦੇਖਿਆ ਕਿੰਨੇ ਸਟੂਡੈਂਟ ਉਹਦੇ ਨਾਲ ਖੁਸ਼ੀ ਖੁਸ਼ੀ ਕੋਪਰੇਟ ਕਰ ਰਹੇ ਨੇ, ਔਰ ਜਿਹਦੇ ਨਾਲ ਪਿਆਰ ਨਹੀਂ ਹੈਗਾ, ਜਿਹੜਾ ਬੰਦਾ ਆਪ ਦੁਖੀ ਹੈ ਉਹ ਤੋਂ ਸਾਰੇ ਨਫ਼ਰਤ ਕਰ ਰਹੇ ਆ। ਸੋ ਇਹ ਕਿਸਮ ਆ ਵੀ ਜੇ ਅਸੀਂ ਜਿਹੜੀ ਚੀਜ਼ ਸਾਡੇ ਲਈ ਪੈਦਾ ਕੀਤੀ ਹੋਈ ਰੱਬ ਦੀ, ਜੇ ਅਸੀਂ ਉਸ ਪਲੇਟਫਾਰਮ ਦੇ ਉੱਪਰ ਹੈਗੇ ਹਾਂ ਤਾਂ ਅਸੀਂ ਬਿਲਕੁਲ ਸਹੀ ਟਰੈਕ 'ਤੇ ਜਾ ਰਹੇ। ਹੁਣ ਅਸੀਂ ਦੁਖੀ ਹੁੰਦੇ ਵੀ ਕਿਉਂ ਆ? ਮੰਨ ਲਓ ਤੁਸੀਂ ਕੋਈ ਟਰੈਵਲ ਕਰ ਰਹੇ ਹੋ, ਕੋਈ ਵੀ ਟਰੈਵਲ ਕਰ ਰਿਹਾ, ਟ੍ਰੇਨ ਦੇ ਵਿੱਚ, ਬੱਸ ਦੇ ਵਿੱਚ, ਕਿਸੇ ਚੀਜ਼ ਦੇ ਵਿੱਚ ਵੀ, ਜੇ ਉਹ ਗਲਤ ਰਾਹ 'ਤੇ ਪੈ ਜੇ, ਗਲਤ ਟ੍ਰੇਨ ਫੜ ਲਏ, ਗਲਤ ਬੱਸ ਫੜ ਲਿਆ, ਫਿਰ ਕੀ ਪੈਨਿਕ ਹੀ ਹੋਊਗਾ, ਮਤਲਬ ਟੈਨਸ਼ਨ ਦੇ ਵਿੱਚ ਆਜੂਗਾ ਵੀ ਹੁਣ ਮੈਂ ਕੀ ਬਣੂੰਗਾ, ਮੈਂ ਕਿੱਧਰ ਜਾਊਂਗਾ, ਮੇਰਾ ਟਾਈਮ ਖਰਾਬ ਹੋ ਗਿਆ, ਮੈਂ ਟਾਈਮ 'ਤੇ ਪਹੁੰਚਣਾ ਸੀ, ਮੈਂ ਲੇਟ ਹੋ ਗਿਆ, 100 ਗੱਲਾਂ ਉਹਦੇ ਦਿਮਾਗ 'ਚ ਆਉਣਗੀਆਂ। ਜੇ ਉਹ ਸਹੀ ਟਰੈਕ 'ਤੇ ਆ, ਸਹੀ ਦਿਸ਼ਾ ਨੂੰ ਜਾ ਰਿਹਾ, ਫਿਰ ਕੋਈ ਚੱਕਰ ਵੀ ਨਹੀਂ ਆ। ਹੁਣ ਜੇ ਕੋਈ ਕਿਸੇ ਦਾ ਸਮਾਨ ਚੋਰੀ ਹੋ ਜਾਵੇ ਰਸਤੇ 'ਚ ਸਫ਼ਰ ਕਰਦਿਆਂ ਕਰਦਿਆਂ, ਉਹ ਵੀ ਬੰਦਾ ਦੁਖੀ ਹੁੰਦਾ ਹੈ, ਮੇਰੇ ਪੈਸੇ ਚੋਰੀ ਹੋ ਗਏ, ਮੈਂ ਕੀ ਕਰਾਂ ਹੁਣ, ਹੈ ਨਾ, ਕਿਵੇਂ ਸਰਵਾਈਵ ਕਿਵੇਂ ਕਰੂੰਗਾ, ਕੀ ਕਰੂੰਗਾ। ਤਾਂ ਇਹ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਇਹ ਸਾਰਾ ਕੁਛ ਹੋਏ ਕਿਉਂ ਰਿਹਾ ਵੀ ਜਿਸ ਚੀਜ਼ਾਂ ਮਿਸ ਨੇ, ਚੀਜ਼ਾਂ ਮਿਸਪਲੇਸਡ ਹੈਗੀਆਂ ਨੇ। ਹੁਣ ਮੈਂ ਇੱਕ ਹੋਰ ਸਿੰਪਲ ਇਗਜ਼ਾਮਪਲ ਦਿੰਦਾ ਹਾਂ, ਘਰਾਂ ਦੇ ਵਿੱਚ ਜੇ ਸਾਰਾ ਘਰ ਤਰਤੀਬ ਵਾਈਜ਼ ਰੱਖਿਆ ਵੀ ਅਸੀਂ ਚਾਬੀਆਂ ਕਿੱਥੇ ਲਿਆ ਕੇ ਟੰਗਣੀਆਂ ਨੇ, ਕੱਪੜੇ ਕਿੱਥੇ ਰੱਖਣੇ ਆ, ਕਿਤਾਬਾਂ ਕਿੱਥੇ ਰੱਖਣੀਆਂ, ਜਿਹੜੇ ਜ਼ਰੂਰੀ ਕਾਗਜ਼ਾਤ ਨੇ ਉਹ ਕਿੱਥੇ ਰੱਖਣੇ ਆ ਤਾਂ ਕਿ ਲੋੜ ਪੈਣ 'ਤੇ ਉਹ ਚੀਜ਼ਾਂ ਸਾਨੂੰ ਲੱਭ ਸਕਣ। ਹੁਣ ਜੇ ਸਾਰਾ ਘਰ ਹੀ ਬੇਤਰਤੀਬਾ ਹੋਵੇ ਵੀ ਚਾਬੀਆਂ ਕਿਤੇ ਜਾ ਰਹੀਆਂ ਨੇ, ਜ਼ਰੂਰੀ ਕਾਗਜ਼ ਕਿਤੇ ਸਿੱਟ 'ਤੇ, ਕੱਪੜੇ ਕਿਤੇ ਸੁੱਟੇ ਹੋਏ ਆ, ਤਾਂ ਜਦੋਂ ਲੋੜ ਪੈਣੀ ਹੈ ਸਾਨੂੰ, ਸਾਡੇ ਕੰਮ ਦੀਆਂ ਚੀਜ਼ਾਂ ਸਾਨੂੰ ਨਹੀਂ ਲੱਭਣੀਆਂ, ਫਿਰ ਕੀ ਹੋਊਗਾ? ਜਦੋਂ ਚੀਜ਼ਾਂ ਨਹੀਂ ਲੱਭਣੀਆਂ ਫਿਰ ਅਸੀਂ ਪੈਨਿਕ ਹੁੰਦੇ ਹਾਂ, ਫਿਰ ਅਸੀਂ ਆਪਦੇ ਹੀ ਪਰਿਵਾਰ ਵਾਲਿਆਂ ਨੂੰ, ਆਪਦੇ ਮਾਵਾਂ ਨੂੰ, ਬੱਚਿਆਂ ਨੂੰ, ਪਤਨੀ ਨੂੰ, ਮਤਲਬ ਇੱਕ ਦੂਸਰੇ ਨੂੰ ਅਸੀਂ ਬਲੇਮ ਕਰਨ ਲੱਗ ਜਾਂਦੇ ਹਾਂ ਵੀ ਤੂੰ ਨਹੀਂ ਆਹ ਚੀਜ਼ ਸੰਭਾਲੀ, ਉਹ ਕਹਿਣਗੇ ਤੂੰ ਦੇਖ ਲੈਂਦਾ, ਤੂੰ ਸੰਭਾਲ ਲੈਂਦਾ। ਇਹ ਚੀਜ਼ਾਂ ਲੜਾਈ ਦਾ ਕਾਰਨ ਕਈ ਵਾਰੀ ਬਣ ਜਾਂਦੀਆਂ ਨੇ, ਪਰ ਜੇ ਤਰਤੀਬ ਦਿੱਤੀ ਹੋਵੇ ਤਾਂ ਪਤਾ ਹੈ ਵੀ ਉੱਥੇ ਚੀਜ਼ ਰੱਖੀ ਹੈ, ਮੈਂ ਮੇਰੇ ਸਾਰੇ ਜ਼ਰੂਰੀ ਕਾਗਜ਼ਾਤ ਉੱਥੇ ਪਏ ਆ, ਜਾ ਕੇ ਮਾੜਾ ਮੋਟਾ ਬੰਦਾ ਮਿਹਨਤ ਕਰਦਾ, ਇੱਕ ਦੋ ਫਾਈਲਾਂ ਚੱਕੀਆਂ, ਉਹਨੂੰ ਜ਼ਰੂਰੀ ਕਾਗਜ਼ ਜੋ ਵੀ ਉਹ ਲੱਭ ਜਾਂਦਾ ਆ। ਅਸੀਂ ਜੇ ਆਪਣੀ ਲਾਈਫ ਨੂੰ ਤਰਤੀਬ ਦਿੱਤੀ ਹੋਵੇ ਸ਼ੁਰੂ ਤੋਂ ਤਾਂ ਸਾਨੂੰ ਤਕਲੀਫਾਂ ਆਉਣੇ ਕਿਉਂ? ਹੁਣ ਗੁਰੂ ਸਾਹਿਬ ਕਹਿ ਰਹੇ ਆ ਕਿ ਜੇ ਰੱਬ ਨੇ ਸਾਡੇ ਅੰਦਰ ਜੋਤ ਪਾਈ ਆ, ਸਾਡੇ ਅੰਦਰ ਇੱਕ ਜ਼ਿੰਦਗੀ ਦਿੱਤੀ ਆ, ਤਾਂ ਸਾਨੂੰ ਨਾ ਤਾਂ ਜੋਤ ਦੀ ਰੋਸ਼ਨੀ ਮਿਲ ਰਹੀ ਹੈ, ਨਾ ਸਾਡੀ ਜ਼ਿੰਦਗੀ ਦੀ ਖੁਸ਼ਬੂ ਆ ਰਹੀ ਹੈ। ਜੋਤ ਦਾ ਮਤਲਬ ਇਹ ਆ ਵੀ ਰੋਸ਼ਨੀ ਦੇਣਾ,
ਰੋਸ਼ਨੀ ਖੁਦ ਲਈ ਵੀ ਹੁੰਦੀ ਆ ਤਾਂ ਕਿਸੇ ਹੋਰ ਲਿਆ ਲਈ ਵੀ ਹੁੰਦੀ ਆ। ਹੁਣ ਜੇ ਜ਼ਿੰਦਗੀ ਦੀ ਜਿਹੜੀ ਰੋਸ਼ਨੀ ਹੈ ਜੇ ਅਸੀਂ ਲੱਭ ਲਈ, ਹੁਣ ਲੱਭੂਗੀ ਕਿਵੇਂ? ਹੁਣ ਜਿਹੜਾ ਅਸੀਂ ਜਿਹੜੀ ਰੋਸ਼ਨੀ ਅਸੀਂ ਦੱਬੀ ਹੋਈ ਆ ਗੁੱਸੇ ਦੇ ਵਿੱਚ, ਡਰ ਦੇ ਵਿੱਚ, ਹੰਕਾਰ ਦੇ ਵਿੱਚ, ਲਾਲਚ ਦੇ ਵਿੱਚ, ਕਈ ਚੀਜ਼ਾਂ ਦੇ ਵਿੱਚ ਉਹ ਰੋਸ਼ਨੀ ਦੱਬੀ ਹੋਈ ਹੈ। ਜਿਉਂ ਜਿਉਂ ਅਸੀਂ ਉਹ ਚੀਜ਼ਾਂ ਨੂੰ ਆਪਣੇ ਆਪ ਨੂੰ ਕੰਟਰੋਲ ਕਰਦੇ ਹਾਂ, ਜਿਉਂ ਜਿਉਂ ਅਸੀਂ ਆਪਣੇ ਆਪ ਦੀ ਸਟੱਡੀ ਕਰਦੇ ਹਾਂ ਕਿ ਮੈਂ ਕਿੱਥੇ ਕਮਜ਼ੋਰ ਹਾਂ, ਜਿਉਂ ਜਿਉਂ ਅਸੀਂ ਆਪਣੇ ਕਮਜ਼ੋਰੀਆਂ ਨੂੰ ਨੋਟ ਕਰਨਾ ਸ਼ੁਰੂ ਕਰਦੇ ਹਾਂ, ਤਿਉਂ ਤਿਉਂ ਸਾਡੀਆਂ ਕਮਜ਼ੋਰੀਆਂ ਦੂਰ ਹੁੰਦੀਆਂ ਨੇ। ਜਿਉਂ ਜਿਉਂ ਕਮਜ਼ੋਰੀਆਂ ਦੂਰ ਹੋਣਗੀਆਂ, ਜਿਹੜੀ ਜ਼ਿੰਦਗੀ ਦੀ ਰੋਸ਼ਨੀ, ਜਿਹੜੀ ਚੀਜ਼ ਸਾਡੇ ਅੰਦਰ ਰੱਬ ਨੇ ਪਾ ਕੇ ਭੇਜੀ ਸੀ, ਜਿਹੜੀ ਐਨਰਜੀ ਸਾਡੇ ਅੰਦਰ ਰੱਬ ਨੇ ਪਾ ਕੇ ਭੇਜੀ ਸੀ, ਉਹ ਸਾਨੂੰ ਲੱਭਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਲੱਭਦੀ ਆ ਅਸੀਂ ਹੈਰਾਨ ਹੁੰਦੇ ਵੀ ਅਸੀਂ ਸੋਚਦੇ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਅੰਦਰ ਇਹ ਵੀ ਚੀਜ਼ ਹੈਗੀ ਸੀ, ਪਰ ਕਿਉਂਕਿ ਅਸੀਂ ਸਟੱਡੀ ਨਹੀਂ ਕੀਤਾ ਆਪਣੇ ਆਪ ਨੂੰ। ਹੁਣ ਉਹ ਗੁਰੂ ਸਾਹਿਬ ਕਹਿੰਦੇ ਆ ਨਾ ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਅਸੀਂ ਖੋਜੇ ਨਹੀਂ ਕਦੇ, ਸਾਨੂੰ ਕਰਨਾ ਕੀ ਚਾਹੀਦਾ? ਜੇ ਮੰਨ ਲਓ ਸਾਡੀ ਜ਼ਿੰਦਗੀ ਖਰਾਬ ਆ, ਅਸੀਂ ਕਿਸੇ ਕਿਸਮ ਦੀ ਵੀ ਕੋਈ ਮੁਸੀਬਤ ਹੈਗੀ ਸਾਡੇ ਅੰਦਰ, ਸਾਡੇ ਰਿਲੇਸ਼ਨ ਚੰਗੇ ਨਹੀਂ ਹੈਗੇ ਕਿਸੇ ਨਾਲ, ਮਾਂ ਬਾਪ ਨਾਲ ਰਿਲੇਸ਼ਨ ਚੰਗੇ ਨਹੀਂ ਹੈ, ਪਤੀ ਪਤਨੀ ਦੇ ਰਿਲੇਸ਼ਨ ਚੰਗੇ ਨਹੀਂ ਹੈ, ਬੱਚਿਆਂ ਦੀ ਸਾਡੇ ਬੱਚਿਆਂ ਨਾਲ ਰਿਲੇਸ਼ਨ ਚੰਗੇ ਨਹੀਂ ਹੈ, ਸਾਡੇ ਕਿਤੇ ਜੋਬ ਦੇ ਵਿੱਚ ਰਿਲੇਸ਼ਨ ਚੰਗੇ ਨਹੀਂ ਹੈ, ਜਾਂ ਕੀ ਕਹਿੰਦੇ ਵੀ ਅਸੀਂ ਮਿਹਨਤ ਜ਼ਿਆਦਾ ਕਰਦੇ ਹਾਂ, ਸਾਨੂੰ ਉਸ ਕਿਸਮ ਦਾ ਜਿਹੜਾ ਆ ਰਿਜ਼ਲਟ ਨਹੀਂ ਮਿਲਦਾ, ਵੀ ਅਸੀਂ 10-10 15-15 ਘੰਟੇ ਓਵਰ ਟਾਈਮ ਵੀ ਲਾਉਂਦੇ ਹਾਂ ਪਰ ਅਸੀਂ ਸੈਟਿਸਫਾਈਡ ਨਹੀਂ ਹੈਗੇ। ਹੁਣ ਇਹਦਾ ਮਤਲਬ ਇਹ ਹੈ ਕਿ ਆਪਾਂ ਗਲਤ ਟਰੈਕ 'ਤੇ ਜਾ ਰਹੇ ਹਾਂ, ਹੋ ਸਕਦਾ ਹੈ, ਬੜੀ ਵੱਡੀ ਸੰਭਾਵਨਾ ਇਹਦੀ ਹੈਗੀ ਹੈ, ਮੈਂ 100% ਨਹੀਂ ਕਹਿ ਰਿਹਾ, ਪਰ ਇਹਦੀ ਬੜੀ ਵੱਡੀ ਸੰਭਾਵਨਾ ਹੈਗੀ ਹੈ ਕਿ ਅਸੀਂ ਗਲਤ ਟਰੈਕ ਦੇ ਉੱਪਰ ਜਾ ਰਹੇ ਹਾਂ। ਹੁਣ ਸਾਨੂੰ ਕਰਨਾ ਕੀ ਆ? ਮੰਨ ਲਓ ਜਿਵੇਂ ਸਟਾਰਟਿੰਗ ਦੇ ਵਿੱਚ ਆਪਾਂ ਗੱਲ ਕੀਤੀ ਨਿੰਮ ਦੀ ਅਤੇ ਕੇਲੇ ਉਹਦੀ ਅੰਬ ਦੀ ਉਦਾਹਰਣ ਦਿੱਤੀ ਕਿ ਜੇ ਅਸੀਂ ਅੰਬ ਖਾ ਰਹੇ ਹਾਂ ਸਾਨੂੰ ਸਵਾਦ ਅੰਬ ਦਾ ਨਹੀਂ ਆ ਰਿਹਾ, ਤਾਂ ਹੁਣ ਰੁਕ ਜਾਓ। ਜੇ ਸਾਨੂੰ ਪਤਾ ਲੱਗ ਗਿਆ, ਮਹਿਸੂਸ ਹੋ ਰਿਹਾ ਕਿ ਅਸੀਂ ਖਾ ਤਾਂ ਅੰਬ ਰਹੇ ਹਾਂ, ਅਹਿਸਾਸ ਅਸੀਂ ਅੰਬ ਦਾ ਲੈਣਾ, ਸਵਾਦ ਅਸੀਂ ਅੰਬ ਦਾ ਲੈਣਾ, ਪਰ ਆ ਨਹੀਂ ਰਿਹਾ ਸਵਾਦ, ਉਹ ਕਿਉਂ ਨਹੀਂ ਆ ਰਿਹਾ? ਫਿਰ ਸੋਚੋ, ਉੱਥੇ ਬੈਠੋ, ਅਸੀਂ ਜ਼ਿੰਦਗੀ ਦਾ ਭਾਰ ਢੋਅ ਕਿਉਂ ਰਹੇ ਹਾਂ? ਜ਼ਿੰਦਗੀ ਦਾ ਅਸੀਂ ਇੰਜੋਏ ਕਰਨੀ ਸੀ। ਜ਼ਿੰਦਗੀ ਇੰਜੋਏ ਤਾਂ ਹੀ ਹੋਊਗੀ ਜੇ ਅਸੀਂ ਸਹੀ ਟਰੈਕ 'ਤੇ ਆ ਜਾਵਾਂਗੇ। ਆਪਣੀ ਗੁਆਚੀ ਹੋਈ ਚੀਜ਼ ਲੱਭੋ, ਰੱਬ ਨੇ ਹਰ ਇੱਕ ਦੇ ਅੰਦਰ ਖਜ਼ਾਨਾ ਪਾ ਕੇ ਭੇਜਿਆ ਹੋਇਆ ਹੈਗਾ ਆ। ਜੇ ਗੁਰੂ ਨਾਨਕ ਸਾਹਿਬ ਨੇ ਕਹਿਤਾ ਨਾ ਮਤ ਵਿੱਚ ਰਤਨ ਜਵਾਹਰ ਮਾਣਕ, ਤਾਂ ਇਹਦਾ ਮਤਲਬ ਉਹਨੇ ਪਾਇਆ ਹੋਇਆ, ਹਰ ਇੱਕ ਦੀ ਮਤ ਦੇ ਵਿੱਚ ਪਾਇਆ ਹੋਇਆ। ਕੋਈ ਐਸਾ ਬੰਦਾ ਨਹੀਂ ਹੈਗਾ, ਜੇ ਕੋਈ ਮੰਨ ਲਓ ਵਿਕਲਾਂਗ ਆ, ਚੇਅਰ ਵੀਲ ਚੇਅਰ 'ਤੇ ਚੱਲਦਾ ਇਹਦਾ, ਜੇ ਕੋਈ ਅਪਾਹਜ ਆ, ਗੂੰਗਾ ਆ, ਅੰਨਾ ਆ, ਕਿਸੇ ਕਿਸਮ ਨਾਲ ਵੀ ਸਰੀਰਕ ਉਹ ਕਮੀ ਹੈਗੀ ਉਹਦੇ ਅੰਦਰ, ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਅੰਦਰ ਰੱਬ ਨੇ ਕੋਈ ਖਜ਼ਾਨਾ ਨਹੀਂ ਪਾਇਆ। ਪਾਇਆ ਹੋਇਆ, ਉਹਦੀ ਮਤ ਦੇ ਵਿੱਚ ਪਾਇਆ ਹੋਇਆ, ਪਰ ਪਛਾਣੂਗਾ ਬੰਦਾ ਤਾਂ ਜੇ ਸਬਰ, ਥੋੜ੍ਹਾ ਸਬਰ ਰੱਖੂਗਾ। ਸਾਨੂੰ ਸਬਰ ਰੱਖਣਾ ਚਾਹੀਦਾ, ਪੇਸ਼ੈਂਸ ਰੱਖਣਾ ਚਾਹੀਦਾ, ਔਰ ਆਪਣੇ ਆਪ ਦੇ ਉੱਪਰ ਨਿਗਾਹ ਰੱਖੋ, ਆਪਣੇ ਵਿਚਾਰਾਂ ਦੇ ਉੱਪਰ ਨਿਗਾਹ ਰੱਖੋ, ਅਸੀਂ ਕੀ ਕਰਦੇ ਹਾਂ, ਕੀ ਬੋਲਦੇ ਹਾਂ। ਹੁਣ ਇੱਥੇ ਮੈਂ ਇੱਕ ਇਗਜ਼ਾਮਪਲ ਹੋਰ ਦੇਣਾ, ਬੜੀ ਸਿੰਪਲ ਇਗਜ਼ਾਮਪਲ, ਵੀ ਜਿਹੜਾ ਅੰਦਰ ਸਾਡੇ ਬੀਜ ਰੱਬ ਨੇ ਪਾਇਆ ਹੋਇਆ ਉਹ ਕਿੰਨਾ ਤਾਕਤਵਰ ਆ, ਕਿੰਨਾ ਸ਼ਕਤੀਸ਼ਾਲੀ ਹੈ, ਕਿ ਜੇ ਅਸੀਂ ਉਹਨੂੰ ਮਾੜੀ ਜਿਹੀ ਹਵਾ ਦੇ ਦਈਏ, ਮਾੜਾ ਜਿਹਾ ਮਾਹੌਲ ਦੇ ਦਈਏ, ਤਾਂ ਉਹਨੇ ਧਰਤੀ ਚੀਰ ਕੇ ਬਾਹਰ ਆ ਜਾਣਾ। ਉਹਨੇ ਸਾਡੀ ਜ਼ਿੰਦਗੀ 'ਚ ਰੋਸ਼ਨੀ ਪੈਦਾ ਕਰ ਦੇਣੀ, ਇਕੱਲੀ ਸਾਡੀ ਜ਼ਿੰਦਗੀ 'ਚ ਰੋਸ਼ਨੀ ਨਹੀਂ ਪੈਦਾ ਕਰਨੀ, ਸਾਡੇ ਨਾਲ ਦੀਆਂ ਦੀ ਜ਼ਿੰਦਗੀ ਦੇ ਵਿੱਚ ਵੀ ਰੋਸ਼ਨੀ ਪੈਦਾ ਹੋ ਜੂਗੀ, ਉਹ ਵੀ ਉਸ ਚੀਜ਼ ਦਾ ਸਵਾਦ ਲੈਣ ਲੱਗ ਪੈਣਗੇ। ਹੁਣ ਗੱਲ ਕੀ ਆ, ਅਸੀਂ ਨਾ ਪਿਛਲੇ ਸਾਲ ਝੋਨੇ ਦਾ ਜਦੋਂ ਲਵਾਈ ਦਾ ਸੀਜ਼ਨ ਸ਼ੁਰੂ ਸੀ, ਤਾਂ ਮੇਰੇ ਇੱਕ ਫਰੈਂਡ ਨੇ ਇੰਟਰਵਿਊ ਕੀਤੀ ਕਿਸੇ ਕਿਸਾਨ ਦੀ, ਜਗਤਾਰ ਸਿੰਘ ਨਾਮ ਆ, ਰੋਪੜ ਦੇ ਨੇੜੇ, ਜ਼ਿਲ੍ਹਾ ਰੋਪੜ ਦੇ ਵਿੱਚ, ਬਾਬੂਸ਼ਾਹੀ ਟਾਈਮਸ ਚੈਨਲ ਦੇ ਵਿੱਚ ਉਹ ਇੰਟਰਵਿਊ ਕੀਤੀ ਗਈ ਸੀ, ਔਰ ਉਹ ਜਿਹੜਾ ਇੰਟਰਵਿਊ ਦੀ ਵੀਡੀਓ ਦਾ ਲਿੰਕ ਆ ਮੈਂ ਡਿਸਕ੍ਰਿਪਸ਼ਨ 'ਚ ਪਾ ਦੂੰਗਾ, ਤੁਸੀਂ ਦੇਖ ਲਿਓ ਕੀ ਆ ਗੱਲ ਉਹਦੇ ਵਿੱਚ। ਉੱਥੇ ਗੱਲ ਕੀ ਸੀ, ਇੱਕ ਕਿਸਾਨ ਨੇ ਝੋਨਾ ਬੀਜਿਆ ਹੀ ਨਹੀਂ ਸੀ, ਉਹਨੇ ਝੋਨਾ ਬੀਜੇ ਬਗੈਰ ਹੀ 22 ਕੁਇੰਟਲ ਝੋਨੇ ਦਾ ਝਾੜ ਕੱਢਿਆ। ਤੁਸੀਂ ਕਹੋਗੇ ਕਿ ਕਿਆ ਮਤਲਬ ਘਟੀਆ ਕਿਸਮ ਦਾ ਮਜ਼ਾਕ ਕੀਤਾ, ਇਹ ਮਜ਼ਾਕ ਨਹੀਂ ਹੈ। ਹੁਣ ਉਹ ਝੋਨਾ ਉੱਗਿਆ ਕਿਵੇਂ?
ਉਦੋਂ ਪਿਛਲੇ ਸਾਲ ਮਤਲਬ 2018 ਦੇ ਵਿੱਚ ਜਦੋਂ ਉਹਨੇ ਝੋਨਾ ਬੀਜਿਆ ਹੋਊਗਾ, ਝੋਨਾ ਪੱਕ ਗਿਆ, ਜਦੋਂ ਅਕਸਰ ਹੀ ਝੋਨਾ ਜਦੋਂ ਪੱਕਦਾ ਆ ਤਾਂ ਉਹਦੇ ਲਾਜ਼ਮੀ ਆ ਕਿ ਬਹੁਤ ਸਾਰੇ ਬੀਜ ਜਿਹੜੇ ਆ ਝੋਨੇ ਦੇ ਉਹ ਧਰਤੀ 'ਚ ਡਿੱਗ ਜਾਂਦੇ ਆ, ਵੱਢਣ ਲੱਗਿਆਂ ਜਾਂ ਹਵਾ ਨਾਲ ਚੱਲਣ ਲੱਗਿਆਂ, ਹਵਾ ਜਦੋਂ ਵਗਦੀ ਹੈ ਉਦੋਂ ਕਿਰ ਜਾਂਦੇ ਆ ਝੋਨੇ ਦੇ ਬੀਜ। ਹੁਣ ਝੋਨੇ ਦਾ ਬੀਜ ਉਹ ਕਿਰ ਗਿਆ, ਉਦੋਂ ਬਾਅਦ ਕਿਸਾਨ ਨੇ ਪਰਾਲੀ ਨੂੰ ਅੱਗ ਲਾਈ, ਲਾਈ ਜਾਂ ਨਹੀਂ ਲਾਈ ਮੈਂ ਨਹੀਂ ਕਹਿ ਸਕਦਾ, ਪਰ ਜਿਹੜਾ ਅਕਸਰ ਸਾਡੇ ਕਿਸਾਨ ਲਾਉਂਦੇ ਆ, ਅੱਗ ਲਾਈ, ਪੈਲੀ ਵਾਹਤੀ, ਜ਼ਮੀਨ ਵਾਹੀ, ਕਿੰਨੇ ਪਾਣੀ ਲੱਗੇ, ਗਰਮੀ ਸਰਦੀ ਦੇ ਮੌਸਮ ਆਏ, ਹੈ ਨਾ। ਉਦੋਂ ਬਾਅਦ ਫਿਰ ਕਣਕ ਦਾ ਸੀਜ਼ਨ ਆਇਆ, ਕਣਕ ਬੀਜੀ ਤਾਂ ਕਣਕ ਦੇ ਨਾੜ ਨੂੰ ਵੀ ਡੈਫੀਨੇਟਲੀ ਅੱਗ ਲਾਈ ਹੋ ਸਕਦੀ ਹੈ। ਪਰ ਜਦੋਂ ਝੋਨੇ ਦਾ ਸੀਜ਼ਨ ਆ ਗਿਆ ਦੁਬਾਰਾ, ਜਿਹੜਾ ਝੋਨਾ ਪਿਛਲੇ ਸਾਲ ਕਿਰਿਆ ਹੋਇਆ ਸੀ, ਜਿਹੜਾ ਆਟੋਮੈਟਿਕਲੀ ਡਿੱਗਾ ਸੀ, ਉਹ ਨਸ਼ਟ ਨਹੀਂ ਹੋਇਆ, ਬੀਜ ਨਸ਼ਟ ਨਹੀਂ ਹੋਇਆ, ਉਹ ਟਾਈਮ ਦੇ ਨਾਲ ਜਦੋਂ ਮਾਹੌਲ ਉਹਨੂੰ ਮਿਲਿਆ, ਉਹੋ ਜਿਹਾ ਮੌਸਮ ਆ ਗਿਆ, ਉਹ ਉੱਗਣਾ ਸ਼ੁਰੂ ਹੋ ਗਿਆ। ਹੁਣ ਉਹ ਕਿਸਾਨ ਵੀ ਦੇਖੇ ਹੈਰਾਨ ਵੀ ਝੋਨਾ ਕਿੰਨਾ ਉੱਗ ਗਿਆ। ਉਹਨੇ ਫਿਰ ਡਾਕਟਰ ਦਲੇਰ ਸਿੰਘ ਆ ਲੁਧਿਆਣੇ ਤੋਂ, ਉਹਨਾਂ ਨਾਲ ਕੰਸਰਨ ਕੀਤਾ, ਕੁਛ ਹੋਰ ਸ਼ਾਇਦ ਵਿਗਿਆਨੀਆਂ ਨਾਲ ਵੀ ਕੰਸਰਨ ਕੀਤਾ ਹੋ ਸਕਦਾ ਹੈ, ਤਾਂ ਉਹਨਾਂ ਨੇ ਫਿਰ ਸਲਾਹ ਦਿੱਤੀ ਡਾਕਟਰ ਸਾਹਿਬ ਨੇ, ਦਲੇਰ ਸਿੰਘ ਨੇ, ਕਿ ਤੂੰ ਝੋਨਾ ਇਹਨੂੰ ਵਾਹੀਂ ਨਾ, ਇਹਨੂੰ ਉੱਗ ਲੈਣ ਦੇ, ਤੇਰਾ ਝੋਨਾ ਵਧੀਆ ਹੋ ਜਾਣਾ। ਉਹਨਾਂ ਨੇ ਫਿਰ ਕੁਛ ਢੰਗ ਤਰੀਕੇ ਵੀ ਦੱਸਤੇ ਵੀ ਇਹਨੂੰ ਕਿਵੇਂ ਤੂੰ ਅੱਗੇ ਲੈ ਕੇ ਜਾਣਾ, ਕਿਵੇਂ ਇਹਦੇ ਵਿੱਚ ਗਰੋ ਕਰਨੀ ਹੈ। ਹੁਣ ਕਹਿਣ ਤੋਂ ਭਾਵ ਇਹ ਆ ਕਿ 22 ਕੁਇੰਟਲ ਉਹਨੇ ਝਾੜ ਕੱਢ ਲਿਆ, ਬਿਨਾਂ ਬੀਜੇ, ਬਿਨਾਂ ਮਿਹਨਤ ਕੀਤੇ। ਸਾਡੇ ਅੰਦਰ ਜਿਹੜਾ ਰੱਬ ਨੇ ਬੀਜ ਪਾਇਆ ਨਾ, ਜੇ ਅਸੀਂ ਉਹਨੂੰ ਸਹੀ ਮਾਹੌਲ ਦੇ ਦਈਏ, ਸਹੀ ਢੰਗ ਤਰੀਕੇ ਅਪਣਾ ਲਈਏ, ਤਾਂ ਅਸੀਂ ਉਹ ਜਿਹੜਾ ਬੀਜ ਆ ਸਾਨੂੰ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਊਗਾ ਜ਼ਿੰਦਗੀ ਦੀ। ਹੁਣ ਮੈਂ ਇੱਥੇ ਇੱਕ ਹੋਰ ਐਗਜ਼ਾਮਪਲ ਦਿੰਦਾ ਤੁਹਾਨੂੰ, ਬੜੀਆਂ ਸਿੰਪਲ ਐਗਜ਼ਾਮਪਲਾਂ ਦੇ ਰਿਹਾ ਤਾਂ ਕਿ ਗੱਲ ਸੌਖੇ ਤਰੀਕੇ ਨਾਲ ਸਮਝ ਆ ਜਾਵੇ। ਇੱਕ ਕਿਸਾਨ ਨੇ ਦੇਖਿਆ, ਜਸਟ ਐਗਜ਼ਾਮਪਲ ਆ, ਇੱਕ ਕਿਸਾਨ ਨੇ ਦੇਖਿਆ ਕਿ ਕਿਸਾਨ ਝੋਨਾ ਕਿਵੇਂ ਬੀਜ ਰਿਹਾ। ਉਹਨੇ ਥੋੜ੍ਹਾ ਜਿਹਾ ਝੋਨਾ ਬੀਜ ਪਾਇਆ, ਮੰਨ ਲਓ 10 ਕਿਲੋ, 20 ਕਿਲੋ, 50 ਕਿਲੋ ਬੀਜ ਉਹਨੇ ਬੀਜਿਆ, ਤਾਂ ਉਹਦਾ ਮਤਲਬ ਸਾਰੀ ਪੈਲੀ ਭਰ ਗਈ ਘਰ ਦੇ ਵਿੱਚ, ਟਰਾਲੀਆਂ ਦੇ ਮਤਲਬ ਬੋਰਡ ਲੱਗ ਗਏ, 3-4 ਟਰਾਲੀਆਂ ਉਹਨੇ ਦਾਣੇ ਕੱਢ ਲਏ। ਦੂਜੇ ਕਿਸਾਨ ਨੇ ਦੇਖਿਆ ਕਿ ਯਾਰ ਬੜਾ ਸੌਖਾ ਕੰਮ ਆ, ਵੀ ਥੋੜ੍ਹਾ ਜਿਹਾ ਬੀਜ ਪਾਇਆ ਔਰ ਕਿੰਨਾ ਮਤਲਬ ਇਹਨੇ ਝਾੜ ਕੱਢ ਲਿਆ ਔਰ ਖਾ ਵੀ ਰਿਹਾ, ਵਧੀਆ ਵੇਚ ਵੀ ਲਿਆ, ਪੈਸੇ ਵੀ ਕਮਾ ਲਏ ਇਹਨੇ 4, ਵੀ ਮੈਂ ਵੀ ਇੱਦਾਂ ਕਰਨਾ। ਹੁਣ ਉਹਨੇ ਝੋਨਾ ਵੱਢਿਆ, ਜਦੋਂ ਦੇਖਿਆ ਵੀ ਝੋਨਾ ਵੱਢ ਲਿਆ, ਹੁਣ ਉਹਦੇ ਕਣਕ ਦਾ ਸੀਜ਼ਨ ਸੀ, ਉਹਨੇ ਕੀ ਕੀਤਾ, ਜਿਹੜਾ ਪ੍ਰੋਸੀਜਰ ਦੂਸਰੇ ਕਿਸਾਨ ਨੇ ਝੋਨਾ ਬੀਜਣ ਵੇਲੇ ਅਡੋਪਟ ਕੀਤਾ ਸੀ, ਝੋਨਾ ਬੀਜਣ ਲਈ ਕੀਤਾ ਸੀ, ਇਸ ਕਿਸਾਨ ਨੇ ਪ੍ਰੋਸੀਜਰ ਨਹੀਂ ਸਮਝਿਆ। ਇਸ ਕਿਸਾਨ ਨੇ ਇਹ ਨਹੀਂ ਦੇਖਿਆ ਕਿ ਉਹਨੇ ਝੋਨਾ ਬੀਜਿਆ, ਉਹਦਾ ਪ੍ਰੋਸੀਜਰ ਬੀਜਣ ਦਾ ਹੋਰ ਸੀ। ਇਸ ਕਿਸਾਨ ਨੇ ਕੀ ਕੀਤਾ, ਕਣਕ ਦਾ ਸੀਜ਼ਨ ਆਇਆ, ਜਿਵੇਂ ਝੋਨਾ ਬੀਜਿਆ ਜਾਂਦਾ ਸੀ, ਇਹਨੇ ਉਵੇਂ ਹੀ ਚਿੱਕੜ ਕਰਕੇ, ਕੱਦੂ ਕਰਕੇ ਜਾਂ ਜ਼ਿਆਦਾ ਪਾਣੀ ਦੇ ਵਿੱਚ ਕਣਕ ਦਾ ਬੀਜ ਸਿੱਟਦਾ। ਹੁਣ 10-20 ਕਿਲੋ, 50 ਕਿਲੋ ਬੀਜ ਪਾਇਆ ਹੋਊਗਾ, ਉਮੀਦ ਲਾਈ ਕਿ ਹੁਣ ਮੇਰੀ ਸਾਰੀ ਪੈਲੀ ਭਰ ਜੂਗੀ, ਤਾਂ ਹੋਇਆ ਕਿ ਜਿਹੜਾ ਕਣਕ ਦਾ ਜ਼ਿਆਦਾਤਰ ਬੀਜ ਸੀ ਉਹ ਮਰਨਾ ਹੀ ਹੈ ਡੈਫੀਨੇਟਲੀ, ਉਹ ਧਰਤੀ ਨੇ ਖਾ ਜਾਣਾ, ਅਬਜ਼ੋਰਬ ਕਰ ਜਾਣਾ ਆ, ਨਸ਼ਟ ਹੋ ਜਾਣਾ। ਉਹਦੇ ਵਿੱਚੋਂ ਕੁਝ ਕੁ ਨਿਕਲਿਆ ਹੋਊਗਾ, ਜੇ ਮੰਨ ਲਓ 50 ਕਿਲੋ ਬੀਜ ਪਾਇਆ ਤਾਂ 10 ਕਿਲੋ ਨਿਕਲ ਆਇਆ ਹੋਊਗਾ, 20 ਕਿਲੋ ਨਿਕਲ ਆਇਆ ਹੋਊਗਾ, ਮਤਲਬ ਕਹਿਣ ਤੋਂ ਭਾਵ ਵੀ 80%, 90% ਜਾਂ 50% ਤੋਂ ਵੱਧ ਉਹਦਾ ਬੀਜ ਜਿਹੜਾ ਸੀ ਨਸ਼ਟ ਹੋ ਗਿਆ, ਉਹਦੇ ਹੱਥ ਕੱਖ ਨਹੀਂ ਲੱਗਾ। ਜੇ ਉਹੀ ਕਣਕ ਜਿਹੜਾ ਬੀਜ ਉਹਨੇ ਧਰਤੀ 'ਚ ਨਸ਼ਟ ਕਰਤਾ ਬਿਨਾਂ ਸੋਚੇ ਸਮਝੇ, ਉਹ ਖਾਂਦਾ ਤਾਂ ਸ਼ਾਇਦ ਉਹਨੂੰ એનર્ਜੀ ਮਿਲਦੀ, ਉਹ ਭੁੱਖਮਰੀ ਦਾ ਸ਼ਿਕਾਰ ਨਾ ਹੁੰਦਾ। ਪਰ ਉਹਨੇ ਸਮਝਿਆ ਨਹੀਂ, ਫਿਰ ਉਹ ਰੱਬ ਨੂੰ ਦੋਸ਼ ਦੇ ਰਿਹਾ ਵੀ ਰੱਬਾ ਮੇਰੇ ਨਾਲ ਕਿਉਂ ਮਾੜਾ ਕੀਤਾ, ਤੂੰ ਉਹ ਕਿਸਾਨ ਨੂੰ ਤੂੰ ਚੰਗਾ ਫਾਇਦਾ ਦੇ ਰਿਹਾ, ਮੇਰੇ ਨਾਲ ਨਹੀਂ ਤੇਰਾ, ਮੇਰੇ ਨਾਲ ਤੇਰੀ ਕੀ ਦੁਸ਼ਮਣੀ, ਹੈ ਨਾ, ਇੱਦਾਂ ਦੀਆਂ ਗੱਲਾਂ ਅਸੀਂ ਕਰਦੇ ਹਾਂ। ਪਰ ਅਸੀਂ ਚੀਜ਼ ਨਹੀਂ ਦੇਖੀ ਵੀ ਹੋਇਆ ਕੀ, ਹਰ ਚੀਜ਼ ਦਾ ਇੱਕ ਤਰੀਕਾ, ਢੰਗ ਤਰੀਕਾ ਹੁੰਦਾ ਆ। ਅਸੀਂ ਕਾਪੀ ਕਰਨੀਆਂ ਬੰਦ ਕਰ ਦਿਉ, ਦੇਖਾ ਦੇਖੀ ਨਾ ਕਰੋ। ਗੁਰਬਾਣੀ ਵਿੱਚ ਵੀ ਕਈ ਸ਼ਬਦ ਆਉਂਦੇ ਆ ਵੀ ਜਿਹਦੇ ਵਿੱਚ ਉਹਨਾਂ ਕਲੀਅਰਲੀ ਦੱਸਿਆ ਹੋਇਆ ਵੀ ਇਨਸਾਨ ਜਿਹੜਾ ਦੇਖਾ ਦੇਖੀ ਕਰਦਾ, ਇੱਕ ਦੂਸਰੇ ਨੂੰ ਫੋਲੋ ਕਰਦਾ ਆ। ਹੁਣ ਮੈਂ ਫੋਲੋ ਕਰਨ ਦੀ ਵੀ ਤੁਹਾਨੂੰ ਇੱਕ ਗੱਲ ਇੱਥੇ ਐਗਜ਼ਾਮਪਲ ਦੇ ਕੇ ਚੱਲਾਂ। ਕਈ ਸਿੰਗਰ ਤੁਸੀਂ ਦੇਖੇ ਹੋਣੇ ਆ ਜਿਨ੍ਹਾਂ ਦੀ ਆਵਾਜ਼ ਬਹੁਤ ਵਧੀਆ ਹੁੰਦੀ ਆ, ਬਹੁਤ ਸੋਹਣਾ ਗਾ ਲੈਂਦੇ ਆ, ਪਰ ਪ੍ਰੋਬਲਮ ਕੀ ਆ ਜਾਂਦੀ ਆ ਵੀ ਉਹ ਕਈ ਵਾਰੀ ਕਿਸੇ ਫੇਮਸ ਸਿੰਗਰ ਨੂੰ ਹੀ ਕਾਪੀ ਕਰਦੇ ਆ। ਅਸੀਂ ਸੁਣ ਕੇ ਬੜਾ ਖੁਸ਼ ਤਾਂ ਹੁੰਦੇ ਹਾਂ ਕਿ ਯਾਰ ਵਾਹ, ਇਹ ਜਮਲੇ ਵਰਗੀ ਆਵਾਜ਼ ਕੱਢ ਲੈਂਦਾ ਆ, ਦੂਸਰਾ ਜਮਲਾ ਆ ਗਿਆ। ਬੜਾ ਸੋਸ਼ਲ ਮੀਡੀਆ 'ਤੇ ਅਸੀਂ
ਸ਼ੇਅਰ ਵੀ ਕਰਦੇ ਹਾਂ, ਪਰ ਉਹ ਜਿਹੜਾ ਸਿੰਗਰ ਆ ਉਹ ਫੇਮਸ ਨਹੀਂ ਹੁੰਦਾ ਕਦੇ। ਉਹ ਜਿਹੜਾ ਮੁਕਾਮ ਜਮਲੇ ਨੇ ਹਾਸਲ ਕਰ ਲਿਆ ਸੀ ਉਹ ਮੁਕਾਮ ਕਦੇ ਵੀ ਹਾਸਲ ਨਹੀਂ ਕਰ ਸਕਦਾ, ਕਿਉਂਕਿ ਜਮਲਾ ਤਾਂ ਰੱਬ ਨੇ ਇੱਕੋ ਹੀ ਬਣਾ ਕੇ ਭੇਜਿਆ ਸੀ, ਦੂਸਰਾ ਜਮਲਾ ਬਣ ਹੀ ਨਹੀਂ ਸਕਦਾ ਕੋਈ। ਹਾਂ ਠੀਕ ਆ, ਹੋਰ ਤਰੀਕੇ ਨਾਲ ਗਾ ਸਕਦੇ ਆ, ਹੋਰ ਕੁਛ ਕਰ ਸਕਦੇ ਆ, ਉਦੋਂ ਅੱਗੇ ਵੀ ਜਾ ਸਕਦੇ ਆ, ਪਰ ਹੂ ਬ ਹੂ ਕਹਿਣਾ ਵੀ ਮੈਂ ਜਮਲਾ ਬਣ ਜਾ ਉਹਦੀ ਕਾਪੀ ਕਰ ਕਰਕੇ ਮੈਂ ਜਮਲੇ ਵਰਗਾ ਮੁਕਾਮ ਹਾਸਲ ਕਰ ਲਾਂ ਤਾਂ ਨਹੀਂ ਹੋਣਾ। ਇੱਥੇ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਜਮਲੇ ਨੂੰ ਪਸੰਦ ਕਰਦਾ ਜਾਂ ਮੈਂ ਜਮਲੇ ਨਾਲ ਕਿਸੇ ਗੱਲ ਨੂੰ ਸਹਿਮਤ ਹਾਂ, ਮੈਂ ਜਸਟ ਇੱਕ ਇਗਜ਼ਾਮਪਲ ਦਿੱਤੀ ਹੈ ਕਿ ਤਾਂ ਕਿ ਗੱਲ ਸਮਝਣੀ ਸੌਖੀ ਹੋ ਜੇ। ਅਸੀਂ ਕਾਪੀਆਂ ਕਰਨੀਆਂ ਬੰਦ ਕਰ ਦਈਏ, ਦੇਖੋ ਦੇਖੀ ਕੰਮ ਕਰਨਾ ਬੰਦ ਕਰ ਦਈਏ, ਪਰ ਬਦਕਿਸਮਤੀ ਇਹ ਆ ਕਿ ਸਾਡੇ ਪਰਿਵਾਰਾਂ ਦੇ ਵਿੱਚ ਉਹੋ ਜਿਹਾ ਮਾਹੌਲ ਨਹੀਂ ਹੈਗਾ, ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਉਹੋ ਜਿਹਾ ਮਾਹੌਲ ਨਹੀਂ ਹੈਗਾ ਜਿੱਥੇ ਅਸੀਂ ਕਿਸੇ ਦੀ ਪਰਸਨੈਲਿਟੀ ਨੂੰ, ਕਿਸੇ ਦੇ ਗੁਣਾਂ ਨੂੰ ਦੇਖ ਕੇ ਉਹਨੂੰ ਉਹੋ ਜਿਹਾ ਮਾਹੌਲ ਪੈਦਾ ਕਰਨ ਦੀ ਪ੍ਰੇਰਣਾ ਦੇ ਸਕੀਏ। ਅਸੀਂ ਥੋਪਦੇ ਹਾਂ, ਅੱਜ ਤੋਂ ਥੋੜ੍ਹਾ ਸਮਾਂ ਪਹਿਲਾਂ ਇੱਕ ਦੌਰ ਚੱਲਿਆ ਸੀ ਵੀ MBA ਕਰਨ ਦਾ, ਜਿਹਨੂੰ ਦੇਖ ਲਓ MBA ਕੀ ਕਰ ਰਹੇ ਜੀ, MBA ਫਿਰ ਦੌਰ ਚੱਲ ਗਿਆ ਇੰਜੀਨੀਅਰਿੰਗ ਕਰਨ ਦਾ, ਬਿਨਾਂ ਕਿਸੇ ਸੋਚੇ ਸਮਝੇ ਇੰਜੀਨੀਅਰਿੰਗ ਹੋ ਰਹੀ ਹੈ ਜੀ, ਲੱਖਾਂ ਰੁਪਏ ਡੋਨੇਸ਼ਨ ਦੇ ਦੇ ਕੇ, ਐਡਮਿਸ਼ਨ ਨਹੀਂ ਸੀ ਮਿਲਦੀ, ਲੱਖਾਂ ਰੁਪਏ ਡੋਨੇਸ਼ਨ ਦੇ ਦੇ ਕੇ ਅਸੀਂ ਜਿਹੜੇ ਸਟੂਡੈਂਟ ਸੀ ਉਹ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਦਾਖਲੇ ਲੈਂਦੇ ਸੀ। ਉਹ ਕੀ ਸੀ? ਭੇਡ ਚਾਲ ਸੀ ਇੱਕ, ਲੋਕਾਂ ਦੇ ਵਿੱਚ ਡਰ ਆ। ਡਰ ਵੀ ਕੀ ਚੀਜ਼ ਦਾ? ਕਿ ਜਦੋਂ ਤੱਕ ਅਸੀਂ ਉਹ ਚੀਜ਼ ਸਮਝੀ ਨਹੀਂ ਸਾਨੂੰ ਡਰ ਹੀ ਲੱਗਿਆ ਰਹਿੰਦਾ ਆ। ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਇਗਜ਼ਾਮਪਲ ਦੇ ਕੇ ਦੱਸਦਾ। ਅੱਜ ਤੋਂ ਥੋੜ੍ਹਾ ਸਮਾਂ ਪਹਿਲਾਂ ਕੋਈ ਬਾਬਾ ਜੀ ਨੇ ਮੇਰੇ ਜਾਣਕਾਰ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਆਪਾਂ ਨੇ ਕਿਸੇ ਲੜਕੀ ਦੀ ਫੀਸ ਮਾਫ਼ ਕਰਾਉਣੀ ਆ ਫਲਾਣੇ ਕਾਲਜ ਦੇ ਵਿੱਚੋਂ, ਵੀ ਤੁਸੀਂ ਹੈਲਪ ਕਰ ਸਕਦੇ ਹੋ। ਮੈਂ ਕਿਹਾ ਚਲੋ ਦੇਖਦੇ ਹਾਂ ਆਪਾਂ ਕੀ ਕਰ ਸਕਦੇ ਹਾਂ। ਫਿਰ ਉਹ ਕਹਿੰਦੇ ਕਿ ਲੜਕੀ ਨਾ ਥੋੜ੍ਹੀ ਕਨਫਿਊਜ਼ ਵੀ ਹੈ ਕਿ ਉਹ ਕਰੇ ਵੀ ਕੀ, ਉਹਨੂੰ ਸਮਝ ਨਹੀਂ ਆ ਰਿਹਾ, ਬੜਾ ਕਨਫਿਊਜ਼ ਆ, ਅਤੇ ਤੁਸੀਂ ਉਹਨੂੰ ਗਾਈਡ ਕਰ ਸਕਦੇ? ਮੈਂ ਕਿਹਾ ਵੀ ਲਿਆਓ ਮੇਰੀ ਗੱਲ ਕਰਾਓ, ਜਿੰਨੀ ਕੁ ਸਮਰੱਥਾ ਆ, ਜਿੰਨੀ ਕੁ ਰੱਬ ਨੇ ਅਕਲ ਦਿੱਤੀ ਆ, ਦੇਖਦੇ ਹਾਂ ਗੱਲ ਕਰਕੇ। ਚਲੋ ਗੱਲਬਾਤ ਕੀਤੀ, ਉਹ ਅੱਗੋਂ ਸਟੂਡੈਂਟ ਕਹਿੰਦੀ, ਲੜਕੀ ਕਹਿੰਦੀ ਕਿ ਮੈਨੂੰ ਕਨਫਿਊਜ਼ਨ ਆ ਕਿ ਮੈਂ ਫੈਸ਼ਨ ਡਿਜ਼ਾਇਨਿੰਗ ਕਰਾਂ ਜਾਂ ਮੈਂ ਗ੍ਰੈਜੂਏਸ਼ਨ ਕਰਾਂ। ਮੈਂ ਕਿਹਾ ਮੈਨੂੰ ਤੁਸੀਂ ਸਮਝਾਓ ਵੀ ਤੁਸੀਂ ਕੀ ਚਾਹੁੰਦੇ ਹੋ। ਕਹਿੰਦੀ ਕਿ ਮੈਨੂੰ ਲੋਕਾਂ ਨੇ ਕਨਫਿਊਜ਼ ਕੀਤਾ ਹੋਇਆ, ਈਵਨ ਕਿ ਮੈਂ ਖੁਦ ਵੀ ਕਨਫਿਊਜ਼ ਹਾਂ ਕਿ ਮੇਰਾ ਫੈਸ਼ਨ ਡਿਜ਼ਾਇਨਿੰਗ ਦੇ ਵਿੱਚ ਮੇਰਾ ਕੋਈ ਫਿਊਚਰ ਨਹੀਂ ਬਣਨਾ, ਜੇ ਮੈਂ ਗ੍ਰੈਜੂਏਸ਼ਨ ਕਰਦੀ ਹਾਂ ਤਾਂ ਮੈਨੂੰ ਨੌਕਰੀਆਂ ਦੇ ਬੜੇ ਚਾਂਸ ਮਿਲ ਸਕਦੇ ਆ। ਮੈਂ ਕਿਹਾ ਜੀ ਬਿਲਕੁਲ ਸਹੀ ਕਹਿ ਰਹੇ, ਤੂੰ ਵੀ ਸਹੀ ਹਾਂ, ਤਾਂ ਜਿਹੜੇ ਤੈਨੂੰ ਕਹਿ ਰਹੇ ਨੇ ਉਹ ਵੀ ਠੀਕ ਆ। ਪਰ ਮੈਂ ਕਿਹਾ ਇੱਕ ਗੱਲ ਹਮੇਸ਼ਾ ਯਾਦ ਰੱਖੀ, ਇਹ ਨਾ ਸੋਚੀ ਕਿ ਫੈਸ਼ਨ ਡਿਜ਼ਾਇਨਿੰਗ ਦੇ ਵਿੱਚ ਤੇਰਾ ਕੋਈ ਸਕੋਪ ਨਹੀਂ ਹੈ, ਪਰ ਮੈਂ ਕਿਹਾ ਕਰੀ ਤਾਂ ਜੇ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਇਹ ਚੀਜ਼ ਕਰ ਸਕਦੇ ਹੋ, ਤੁਹਾਡੇ ਅੰਦਰ ਇਹਦੀ ਪੋਟੈਂਸ਼ੀਅਲ ਹੈਗੀ, ਇਸ ਚੀਜ਼ ਦਾ ਬੀਜ ਹੈਗਾ, ਤੁਸੀਂ ਮਜਬੂਰ ਹੋ ਵੀ ਤੁਹਾਨੂੰ ਇਹ ਚੀਜ਼ ਵਧੀਆ ਲੱਗਦੀ, ਤੁਸੀਂ ਜੇ ਕਰੋਗੇ ਤਾਂ ਠੀਕ ਹੋਊਗਾ। ਉਹ ਕਹਿੰਦੀ ਕਿ ਹਾਂ, ਜਦੋਂ ਮੈਂ ਇਹ ਚੀਜ਼ ਇਹ ਕੰਮ ਨੂੰ ਕਰਦੀ ਹਾਂ ਤਾਂ ਮੈਨੂੰ ਬੜਾ ਸਕੂਨ ਮਿਲਦਾ ਆ, ਪਰ ਇਹਦਾ ਫਿਊਚਰ ਨਹੀਂ ਕੋਈ ਹੈਗਾ, ਮੈਂ ਇਸ ਕਰਕੇ ਨਹੀਂ ਕਰਨਾ ਚਾਹੁੰਦੀ। ਮੈਂ ਕਿਹਾ ਵੀ ਗੱਲ ਇਹ ਨਾ ਸੋਚ, ਮੈਂ ਕਿਹਾ ਵੀ ਉਹਨਾਂ ਦਾ ਫਿਊਚਰ ਕਿਵੇਂ ਆ, ਦੁਨੀਆਂ ਦੇ ਵੱਡੇ ਵੱਡੇ ਮੈਂ ਕਿਹਾ ਜਿਹੜੇ ਟੌਪ ਬ੍ਰਾਂਡਸ ਨੇ ਉਹ ਕੌਣ ਨੇ? ਫੈਸ਼ਨ ਡਿਜ਼ਾਈਨਰਸ ਹੀ ਨੇ, ਅਰਬਾਂ ਖਰਬਾਂ ਦੇ ਉਹਨਾਂ ਦੇ ਟਰਨਓਵਰ ਆ ਸਾਲ ਦੀ, ਕਿੰਨੇ ਕਿੰਨੇ ਇੰਪਲੋਈਜ਼ ਰੱਖੇ ਹੋਏ ਨੇ ਉਹਨਾਂ ਨੇ ਆਪਣੇ ਥੱਲੇ ਕੰਮ ਕਰਨ ਦੇ, ਦੁਨੀਆ ਭਰ ਦੇ ਵਿੱਚ ਉਹ ਸਪਲਾਈਜ਼ ਕਰ ਰਹੇ ਨੇ। ਮੈਂ ਕਿਹਾ ਤੂੰ ਇਹ ਨਹੀਂ ਮੈਂ ਤੈਨੂੰ ਕਹਿੰਦਾ ਕਿ ਤੂੰ ਜੇ ਫੈਸ਼ਨ ਡਿਜ਼ਾਇਨਿੰਗ ਕਰੇਂਗੀ ਤਾਂ ਤੂੰ ਅਰਬਾਂ ਖਰਬਾਂ ਰੁਪਇਆ ਕਮਾ ਸਕਦੀ ਹੈ, ਪਰ ਗੱਲ ਇਹ ਆ ਕਿ ਜਦੋਂ ਤੁਸੀਂ ਇਹ ਕੰਮ ਕਰਨ ਲੱਗੇ, ਤੁਸੀਂ ਜੇ ਦਿਲੋਂ ਕਰੋਗੇ, ਮਨ ਨਾਲ ਕਰੋਗੇ, ਤੁਹਾਡੇ ਅੰਦਰ ਇਹ ਚੀਜ਼ ਦਾ ਬੀਜ ਆ, ਤਾਂ ਕੁਦਰਤ ਨੇ ਤੁਹਾਡੇ ਲਈ ਰਸਤੇ ਖੋਲ ਦੇਣੇ ਆ। ਕਿਵੇਂ ਖੋਲ ਦੇਣੇ? ਜਿਵੇਂ ਜੇ ਝੋਨਾ ਸਹੀ ਤਰੀਕੇ ਨਾਲ ਬੀਜਿਆ ਗਿਆ ਤਾਂ ਕੁਦਰਤ ਨੇ ਕੀ ਕਰਨਾ ਆ, ਉਹਨੂੰ ਰਸਤਾ ਦੇਣਾ ਆ। ਜੇ ਝੋਨੇ ਦੀ ਜਗ੍ਹਾ ਕਣਕ ਬੀਜਤੀ ਉਹ ਝੋਨੇ ਵਾਲੇ ਪ੍ਰੋਸੀਜਰ ਦੇ ਨਾਲ, ਤਾਂ ਉਹ ਧਰਤੀ ਨੇ ਉਹ ਬੀਜ ਵੀ ਖਾ ਜਾਣਾ। ਕਹਿਣ ਤੋਂ ਭਾਵ ਕਿ ਜੇ ਤੁਸੀਂ ਸਹੀ ਟਰੈਕ 'ਤੇ ਜਾਂਦੇ ਹੋ, ਇੱਕ ਵਾਰੀ ਸਾਨੂੰ ਲੱਗਦਾ ਕਿ ਯਾਰ ਰਾਹ ਬੜਾ ਔਖਾ, ਇਸ ਰਾਹ ਦੇ ਉੱਪਰ ਚੱਲਣਾ ਬੜਾ ਔਖਾ, ਮਤਲਬ ਕਈ ਸਾਰੀਆਂ ਡਿਫੀਕਲਟੀ ਸਾਡੇ ਕੋਲ ਆ ਜਾਂਦੀਆਂ ਨੇ, ਲੋਕ ਵੀ ਸਾਨੂੰ ਡਰਾ ਦਿੰਦੇ ਆ, ਧਮਕਾ ਦਿੰਦੇ ਆ ਵੀ ਇਹ ਕੰਮ ਨਾ ਕਰ, ਬੜੀਆਂ ਮੁਸ਼ਕਲਾਂ ਆਉਣਗੀਆਂ। ਹੋ ਜਾਂਦਾ ਹੈ, ਨੋ ਡਾਊਟ, ਸਾਰਿਆਂ ਲਈ ਹੁੰਦਾ ਆ। ਜੇ ਤੁਸੀਂ ਉਸ ਰਸਤੇ ਦੇ ਉੱਪਰ ਤੁਰ ਪਏ, ਉਹ ਜੇ ਉਹ ਰਸਤਾ ਸਹੀ ਹੈ, ਤੁਹਾਨੂੰ ਲੱਗਦਾ ਕਿ ਇਹ ਠੀਕ ਆ, ਤਾਂ ਕੁਦਰਤ ਨੇ ਤੁਹਾਡੇ ਲਈ ਰਸਤੇ ਦੇਣੇ ਸ਼ੁਰੂ ਕਰ ਦੇਣੇ ਆ। ਧਰਤੀ ਦੇ ਵਿੱਚੋਂ ਬੀਜ ਨਾ, ਕਿੰਨਾ ਨਾਜ਼ੁਕ ਬੀਜ ਆ,
ਅਸੀਂ ਮਿੱਟੀ ਪਾ ਕੇ ਇਹਨੂੰ ਦੱਬ ਦਿੰਦੇ ਹਾਂ, ਉਹਦੇ ਵਿੱਚੋਂ ਫਿਰ ਵੀ ਧਰਤੀ ਪਾੜ ਕੇ ਬੀਜ ਨਿਕਲ ਆਉਂਦਾ ਹੈ, ਕਿੰਨਾ ਨਾਜ਼ੁਕ ਜਿਹਾ ਬੀਜ। ਤੁਸੀਂ ਆਪਣੀ ਪਰਸਨੈਲਿਟੀ ਨੂੰ ਇਸ ਤਰੀਕੇ ਨਾਲ ਪ੍ਰਗਟ ਕਰ ਸਕਦੇ ਹੋ, ਕਿਉਂਕਿ ਜੇ ਤੁਹਾਡੇ ਅੰਦਰ ਉਹ ਸਹੀ ਬੀਜ ਹੈਗਾ ਆ ਔਰ ਤੁਸੀਂ ਪਛਾਣ ਲਿਆ, ਤਾਂ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਰੋਕ ਹੀ ਨਹੀਂ ਸਕਦੀ ਉਹ ਬੀਜ ਨੂੰ ਪ੍ਰਗਟ ਹੋਣ ਤੋਂ। ਉਹ ਰੱਬ ਦੀ ਐਨਰਜੀ ਆ, ਉਹ ਕਿਸੇ ਹੋਰ ਦੀ, ਕਿਸੇ ਮੇਰੇ ਵਰਗੇ ਦੀ ਕਹੀ ਹੋਈ ਜਾਂ ਕਿਸੇ ਤਾਂਤਰਿਕ ਦੀ ਜਾਂ ਕਿਸੇ ਬਾਬੇ ਦੀ ਐਨਰਜੀ ਨਹੀਂ ਹੈ, ਉਹ ਰੱਬ ਦੀ ਐਨਰਜੀ, ਪਿਓਰ ਐਨਰਜੀ, ਸ਼ੁੱਧ ਐਨਰਜੀ ਹੈ। ਔਰ ਉਹਦੀ ਰੋਸ਼ਨੀ ਨੂੰ ਕੋਈ ਬੰਦਾ ਘੱਟ ਨਹੀਂ ਕਰ ਸਕਦਾ, ਕੋਈ ਬੰਦਾ ਦਬਾ ਨਹੀਂ ਸਕਦਾ ਸਿਵਾਏ ਸਾਡੇ। ਜੇ ਅਸੀਂ ਸਮਝ ਗਏ ਸਾਰਾ ਕੁਝ ਠੀਕ ਹੋ ਜਾਣਾ। ਔਰ ਇਹਦੇ ਨਾਲ ਇੱਕ ਐਡਵਾਂਟੇਜ ਹੋਰ ਕੀ ਹੋਣਾ ਸਾਡੇ ਸਮਾਜ ਨੂੰ, ਸਾਡੀ ਸੁਸਾਇਟੀ ਨੂੰ, ਕਿ ਜਦੋਂ ਜਿੱਥੇ ਪਿਆਰ ਹੁੰਦਾ ਹੈ, ਵਫਾਦਾਰੀ ਹੁੰਦੀ ਹੈ, ਉੱਥੇ ਬੇਈਮਾਨੀ ਦਾ ਗ੍ਰਾਫ ਘੱਟ ਜਾਂਦਾ ਹੈ। ਹੁਣ ਮੈਂ ਫੋਰ ਐਗਜ਼ਾਮਪਲ, ਮੈਂ ਹੋਰ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਸਮਝਾਉਂਦਾ ਕਿ ਆਪਾਂ ਮੰਨ ਲਓ ਰੋਟੀ ਖਾ ਰਹੇ ਹਾਂ, ਰੋਟੀ ਸਾਨੂੰ ਬੜੀ ਸਵਾਦ ਲੱਗੀ ਨਾ, ਅਸੀਂ ਪਹਿਲੀ ਬੁਰਕੀ ਖਾਂਦੇ ਸਾਰੀ ਮੂੰਹ 'ਚ ਬੁਰਕੀ ਪਾਈ ਦਾ ਸਾਡਾ ਮਤਲਬ ਇੱਕਦਮ ਮਨ ਤ੍ਰਿਪਤ ਹੋ ਜਾਂਦਾ, ਵਾਹ ਕਿਆ ਚੀਜ਼ ਖਾਧੀ ਹੈ, ਕਿੰਨਾ ਸਵਾਦ ਆ ਰਿਹਾ ਸਾਨੂੰ। ਪਰ ਜੇ ਉਹਦੇ ਵਿੱਚ ਨਮਕ ਘੱਟ ਆ ਜਾਂ ਨਮਕ ਥੋੜ੍ਹਾ ਜਿਹਾ ਜ਼ਿਆਦਾ ਆ, ਅਸੀਂ ਉਸ ਤਰੀਕੇ ਦੀ ਕੰਪਲੇਂਟ ਨਹੀਂ ਕਰਦੇ, ਅਸੀਂ ਉਹਨੂੰ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਬਜਾਏ ਰੋਟੀ ਸਵਾਦ ਦੇ ਸਾਨੂੰ ਭੈੜੀ ਰੋਟੀ ਮਿਲ ਜਾਏ, ਗੰਦੀ ਸੜੀ ਰੋਟੀ ਮਿਲ ਜਾਏ, ਅਸੀਂ ਮਤਲਬ ਮਜਬੂਰੀ 'ਚ ਖਾ ਤਾਂ ਸਕਦੇ ਹਾਂ ਵੀ ਢਿੱਡ ਭਰਨਾ, ਭੁੱਖ ਲੱਗੀ ਹੈ, ਪਰ ਅਸੀਂ ਖੁਸ਼ੀ ਨਾਲ ਨਹੀਂ ਖਾਵਾਂਗੇ, ਅਸੀਂ ਮਤਲਬ ਗਾਲਾਂ ਕੱਢ ਕੱਢ ਕੇ ਹੀ ਖਾਵਾਂਗੇ, ਦੁਖੀ ਮਨ ਨਾਲ ਖਾਵਾਂਗੇ। ਇਹ ਫਰਕ ਆ ਜਿਹੜੀ ਰੱਬ ਦੀ ਐਨਰਜੀ ਆ ਔਰ ਜਿਹੜੀ ਥੋਪੀ ਜਾ ਰਹੀ ਹੈ ਸਾਡੇ ਉੱਪਰ, ਉਸ ਐਨਰਜੀ ਦੇ ਉੱਪਰ, ਉਸ ਜੋਤ ਦੇ ਉੱਪਰ ਜਿਹੜੀ ਸਾਡੇ ਉੱਪਰ ਥੋਪੀ ਜਾ ਰਹੀ ਹੈ। ਅਸੀਂ ਮਜਬੂਰੀ ਬਸ ਖਾ ਰਹੇ ਹਾਂ, ਮਜਬੂਰੀ ਬਸ ਉਹਨੂੰ ਹੰਡਾ ਰਹੇ ਹਾਂ, ਅਸੀਂ ਉਹਦਾ ਭਾਰ ਢੋ ਰਹੇ ਹਾਂ, ਉਹ ਸਾਡੀ ਨਹੀਂ ਹੈਗੀ। ਜਿਹੜੀ ਚੀਜ਼ ਰੱਬ ਦੇ ਸਾਡੇ ਅੰਦਰ ਪੈਦਾ ਕੀਤੀ, ਜੇ ਉਹ ਪ੍ਰਗਟ ਹੁੰਦੀ ਹੈ, ਉਹਦਾ ਸਵਾਦ ਵੀ ਆਉਂਦਾ ਆ, ਉਹਦੀ ਮਹਿਕ ਵੀ ਖਿਲਰਦੀ ਆ, ਔਰ ਸਮਾਜ ਦੇ ਵਿੱਚ ਸਾਡੀ ਜਿਹੜਾ ਬੰਦਾ ਵੀ ਉਸ ਚੀਜ਼ ਨੂੰ ਪ੍ਰਗਟ ਕਰਦਾ ਉਹਦੀ ਚਰਚਾ ਵੀ ਹੁੰਦੀ ਹੈ। ਸੋ ਇਸ ਕਰਕੇ ਇਹ ਚੀਜ਼ ਨੂੰ ਪਛਾਣੋ, ਪਛਾਣਿਆ ਤਾਂ ਹੀ ਜਾਊਗਾ ਜੇ ਅਸੀਂ ਪਹਿਲਾਂ ਆਪਣੇ ਆਪ 'ਤੇ ਕੰਟਰੋਲ ਕਰਨਾ ਸ਼ੁਰੂ ਕਰੀਏ, ਅਸੀਂ ਆਪਣੇ ਆਪ ਨੂੰ ਨੋਟ ਕਰਨਾ ਸ਼ੁਰੂ ਕਰੀਏ। ਅਸੀਂ ਸਭ ਤੋਂ ਵੱਡਾ ਇਨਸਾਨ ਸ਼ੀਸ਼ਾ ਆਪਣੇ ਆਪ ਦਾ ਹੀ ਹੁੰਦਾ, ਉਹਨੂੰ ਪਤਾ ਹੁੰਦਾ ਵੀ ਕੀ ਕਰ ਸਕਦੇ ਹਾਂ। ਇਹਦੇ ਵਿੱਚ ਅਸੀਂ ਹੈਲਪ ਆਪਣੇ ਦੋਸਤਾਂ ਮਿੱਤਰਾਂ ਦੀ ਵੀ ਲੈ ਸਕਦੇ ਹਾਂ, ਅਸੀਂ ਆਪਣੇ ਫੈਮਿਲੀਜ਼ ਨਾਲ ਵੀ ਗੱਲ ਕਰ ਸਕਦੇ ਹਾਂ ਵੀ ਉਹ ਸਾਡੇ ਅੰਦਰ ਕੀ ਦੇਖਦੇ ਆ, ਉਹ ਸਾਨੂੰ ਕੀ ਸੁਜੈਸ਼ਨ ਕਰਦੇ ਆ। ਉਹ ਥੋਪਣ ਨਾ, ਓਰਿਜਨਲ ਤਰੀਕੇ ਨਾਲ, ਜਿਹੜਾ ਰੱਬ ਦਾ ਇੱਕ ਤਰੀਕਾ ਹੈ ਨਾ, ਪਿਆਰ ਵਾਲਾ, ਮਿੱਠੇ ਮਤਲਬ ਪਿਆਰ ਵਾਲਾ ਤਰੀਕਾ, ਇੱਕ ਉਹ ਤਰੀਕਾ ਅਪਣਾਓ, ਉਹਦੇ ਵਿੱਚ ਸਹੀ ਐਨਾਲਾਈਜ਼ ਕਰੋ ਵੀ ਕੀ ਸਹੀ ਹੈ, ਕੀ ਮਾੜਾ, ਕੀ ਗਲਤ, ਕੀ ਚੰਗਾ, ਫਿਰ ਉੱਥੇ ਮਸਲਿਆਂ ਦੇ ਹੱਲ ਨਿਕਲਣਗੇ। ਸੋ ਜਦੋਂ ਮਸਲਿਆਂ ਦੇ ਹੱਲ ਨਿਕਲਣਗੇ ਤਾਂ ਸਾਨੂੰ ਇਹ ਜ਼ਿੰਦਗੀ ਬੋਝ ਨਹੀਂ ਲੱਗਣੀ, ਫਿਰ ਅਸੀਂ ਜ਼ਿੰਦਗੀ ਦਾ ਇੰਜੋਏ ਕਰਾਂਗੇ। ਹੁਣ ਹੁੰਦਾ ਕਿ ਅਕਸਰ ਦੇ ਵਿੱਚ ਤੁਸੀਂ ਦੇਖਿਆ ਹੋਣਾ, ਸਾਰਿਆਂ ਨੇ ਦੇਖਿਆ ਵੀ ਅਕਸਰ ਹੀ ਲੋਕ ਪੈਰ ਘੜੀਸ ਘੜੀਸ ਕੇ ਤੁਰਦੇ ਆ, ਬੁਰੇ ਹਾਲ ਨੇ ਉਹਨਾਂ ਦੇ, ਦਿਮਾਗ ਉਹਨਾਂ ਦਾ ਕਿਸੇ ਪਾਸੇ ਆ, ਪੈਦਲ ਕਿਸੇ ਪਾਸੇ ਨੂੰ ਜਾ ਰਹੇ ਆ, ਉਹ ਮਤਲਬ ਜ਼ਿੰਦਗੀ ਦਾ ਭਾਰ ਢੋ ਰਹੇ ਆ। ਪੁੱਛ ਲਓ ਉਹਨਾਂ ਨੂੰ, ਫਿਰ ਸ਼ਿਕਾਇਤਾਂ ਹੀ ਕਰੀ ਜਾਣਗੇ ਸਾਰਾ ਦਿਨ, ਆਪਾਂ ਵੀ ਇਨਕਲੂਡਿੰਗ ਸਾਰੇ ਹੀ, ਮਤਲਬ ਜਿਹੜੇ ਵੀ ਆਪਾਂ ਕਿਤੇ ਦੋਸਤਾਂ ਮਿੱਤਰਾਂ 'ਚ ਬਹਿੰਦੇ ਹਾਂ, ਅਨਨੈਸਸਰੀ ਗੱਲਾਂ ਕਰਦੇ ਹਾਂ, ਅਨਨੈਸਸਰੀ ਅਸੀਂ ਵੀਡੀਓਜ਼ ਯੂਟਿਊਬ 'ਤੇ ਫੇਸਬੁੱਕ 'ਤੇ ਦੇਖੀ ਜਾਂਦੇ ਹਾਂ, ਜ਼ਿਆਦਾਤਰ ਕੀ ਹੋ ਰਿਹਾ, ਲੜਾਈ ਝਗੜੇ ਹੋ ਰਹੇ ਆ ਜੀ, ਜ਼ਿਆਦਾਤਰ ਕੀ ਹੋ ਰਿਹਾ ਜੀ, ਸੈਡ ਸੌਂਗ ਸੁਣ ਰਹੇ ਹਾਂ ਜੀ, ਕੋਈ ਹੋਰ ਤਰੀਕੇ ਦੀ ਘਟੀਆ ਦਰਜੇ ਦੀ ਕੋਮੇਡੀ ਅਸੀਂ ਦੇਖ ਰਹੇ ਹਾਂ ਜੀ, ਵੀਡੀਓ ਗੇਮ 'ਤੇ ਅਸੀਂ ਪਾਗਲ ਹੋਏ ਪਏ ਹਾਂ ਜੀ, ਫਿਰ ਸ਼ਿਕਾਰ ਹੋਏ ਪਏ ਹਾਂ, ਤਰੀਕੇ ਦੇ ਐਡਿਕਟਡ ਹੋਏ ਪਏ ਹਾਂ, ਸਾਡਾ ਜਿਹੜਾ ਨੈਚੁਰਲਪਨ ਆ ਉਹ ਗਵਾਚਿਆ ਹੋਇਆ, ਸਾਡੇ ਚਿਹਰੇ ਦਾ ਨੂਰ ਗਵਾਚਿਆ ਹੋਇਆ, ਸਾਡੀ ਜਿਹੜੀ ਐਨਰਜੀ ਆ ਉਹ ਗਵਾਚੀ ਹੋਈ ਹੈ। ਗਵਾਚੀ ਕਿਉਂ ਹੋਈ ਹੈ? ਕਿਉਂਕਿ ਜੇ ਉਹ ਚੀਜ਼ ਅਸੀਂ ਜਿਹੜੀ ਖਾਦ ਪਾਣੀ ਜਿਹੜੀ ਚੀਜ਼ ਨੂੰ ਮਿਲਣਾ ਚਾਹੀਦਾ ਆ ਉਹ ਚੀਜ਼ ਨੂੰ ਅਸੀਂ ਨਹੀਂ ਦੇ ਰਹੇ। ਉਹ ਖਾਦ ਪਾਣੀ ਦਿਓ, ਉਹ ਚੀਜ਼ਾਂ ਪਛਾਣੋ ਤਾਂ ਕਿ ਤੁਸੀਂ ਵੀ ਸੁਖੀ ਹੋਵੋ, ਤੁਹਾਡੇ ਨਾਲ ਨਾਲ ਸਮਾਜ ਵੀ ਸੁਖੀ ਹੋਵੇ, ਤੁਹਾਡੇ ਮਾਂ ਬਾਪ ਵੀ ਸੁਖੀ ਰਹਿਣ, ਸਾਰੇ ਸੁਖੀ ਰਹਿਣ। ਔਰ ਇਹਦੇ ਲਈ ਮੈਂ ਇੱਕ ਬੇਨਤੀ ਕਰਦਾ ਕਿ ਜੇ ਤੁਹਾਨੂੰ ਇਹ ਵੀਡੀਓ ਨਾਲ ਤੁਸੀਂ ਸਹਿਮਤ ਹੋ, ਇਹਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ, ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਗੱਲਬਾਤ ਕਰੋ, ਇਹ ਵੀਡੀਓ ਨੂੰ ਲੈ ਕੇ